ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ, ਮੈਂ ਮਨਵੀਰ ਕੌਰ। ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਜੀ ਨਾਲ ਲੈ ਕੇ ਤੁਹਾਡੇ ਸਾਹਮਣੇ ਆਈਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਮਸਲਿਆਂ ਤੇ ਗੱਲ ਕਰਾਂਗੇ, ਜਿਹੜੇ ਮੈਟਰਸ ਇੱਥੇ ਉਠਾਣੇ ਬਣਦੇ ਨੇ, ਉਹ ਹੈਗੇ ਸਭ ਤੋਂ ਪਹਿਲਾਂ ਤਾਂ ਕੇਂਦਰੀ ਪੁਆਇੰਟ ਜੋ ਅੱਜ ਦੀ ਡਿਸਕਸ਼ਨ ਦਾ ਰਹਿਣ ਵਾਲਾ ਹੈ, ਕਿ ਕਿਸ ਤਰ੍ਹਾਂ ਅਮੈਰੀਕਾ ਵੱਲੋਂ ਦੁਬਾਰਾ ਤਿੱਬਤ ਦੇ ਨਾਲ ਜਿਸ ਤਰ੍ਹਾਂ ਸਾਂਝ ਵਧਾਈ ਜਾ ਰਹੀ ਹੈਗੀ ਆ, ਤਿੱਬਤ ਜਿਹੜਾ ਚਾਈਨਾ ਦੇ ਵਿੱਚ ਸੋਵਰੈਨਿਟੀ ਦੀ ਮੰਗ ਕਰ ਰਿਹਾ ਹੈਗਾ। ਅਮੈਰੀਕਾ ਭਾਰਤ ਦੇ ਨਾਲ ਦੋਨੋਂ ਦੇਸ਼ਾਂ ਦੇ NSA ਜਿਹੜੇ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਨੇ, ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਅਮੈਰੀਕਾ ਵੱਲੋਂ ਭਾਰਤ ਦੇ ਉੱਤੇ ਜਿਹੜੇ ਦੋਸ਼ ਮੜੇ ਗਏ ਨੇ, ਉਹ ਹੈ ਕਿ ਗੁਰਪਤਵੰਤ ਸਿੰਘ ਪੰਨੂ, ਅਮੈਰੀਕਨ ਸਿਟੀਜ਼ਨ, ਉਹਨੂੰ ਮਰਵਾਉਣ ਦੀ ਅਸਫਲ ਕੋਸ਼ਿਸ਼ ਭਾਰਤ ਨੇ ਕੀਤੀ ਹੈਗੀ ਹੈ। ਇਹਦੇ ਦਰਮਿਆਨ ਇਹ ਮੁਲਾਕਾਤਾਂ, ਇਹ ਰਿਲੇਸ਼ਨਸ਼ਿਪ ਕਿੱਧਰ ਨੂੰ ਅੱਗੇ ਵੱਧ ਰਿਹਾ ਹੈ? ਤਿੱਬਤ ਦੇ ਨਾਲ, ਤਿੱਬਤ ਨਾਲ ਮੁਲਾਕਾਤ ਦੇ ਕੀ ਮਾਇਨੇ ਨੇ? ਹਰਦੀਪ ਸਿੰਘ ਨਿੱਜਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਔਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਉਹ ਕਨਿਸ਼ਕਾ ਦਿਵਸ ਮਨਾਉਣ ਦੀਆਂ ਗੱਲਾਂ ਤੁਰਦੀਆਂ ਨੇ। ਇਹ ਜਿਹੜਾ ਇੱਕ ਦੂਸਰੇ ਨੂੰ ਕਾਊਂਟਰ ਕਰਨਾ ਇਸ ਲੈਵਲ ਦੇ ਉੱਤੇ, ਇਸ ਦਰਮਿਆਨ ਜੋ ਸਿੱਖ ਕਮਿਊਨਿਟੀ ਹੈ ਉਹ ਕਿੱਥੇ ਖੜੀ ਹੈ, ਉਹਨਾਂ 'ਤੇ ਇਹਦਾ ਕੀ ਪ੍ਰਭਾਵ ਪੈ ਸਕਦਾ ਹੈ? ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਨਵੇਂ ਪੰਥਕ ਆਗੂ ਚੁਣੇ ਗਏ ਨੇ, ਉਹਨਾਂ ਦੇ ਮੋਢਿਆਂ 'ਤੇ ਵੱਡਾ ਬੋਝ ਹੈ ਕਿ ਜਿਸ ਤਰ੍ਹਾਂ ਭਾਰੀ ਬਹੁਮਤ ਉਹਨਾਂ ਨੂੰ ਮਿਲਿਆ ਹੈ, ਉਸ ਹਲਕਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਇੱਕ ਹੈਵੀ ਮੈਂਡੇਟ ਦਿੱਤਾ ਹੈ, ਉਸ ਮੈਂਡੇਟ ਦੀ ਸਹੀ ਜ਼ਿੰਮੇਵਾਰੀ ਨਵੇਂ ਪੰਥਕ ਲੀਡਰ ਕਿਵੇਂ ਨਿਭਾ ਸਕਦੇ ਨੇ, ਕਿਹੜੀ ਦਿਸ਼ਾ ਦੇ ਵਿੱਚ ਅੱਗੇ ਚੱਲਣ ਦੀ ਜ਼ਰੂਰਤ ਹੈ, ਬਹੁਤ ਅਹਿਮ ਮੁੱਦਾ ਹੈ। ਇਹਨੂੰ ਅਗਲੇ ਪ੍ਰੋਗਰਾਮਾਂ 'ਚ ਵੀ ਅਸੀਂ ਕੰਟੀਨਿਊ ਕਰਾਂਗੇ। ਕਿਉਂ? ਕਿਉਂਕਿ ਲੋਕਾਂ ਦੀ ਗੱਲ ਹੈ, ਇਹ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਨੇ। ਗੱਲ ਕਰਾਂਗੇ ਕਿ ਕਿਵੇਂ ਨੀਟ ਵਰਗੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਰਹੇ ਨੇ, ਐਂਡ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਹੈ ਇਸ ਸਮੇਂ ਦਾਅ ਤੇ ਲੱਗਾ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪ ਨੇ, ਕੋਈ ਵੀ ਸਾਡੇ ਸਾਹਮਣੇ ਬਿਆਨ ਉਹਨਾਂ ਵੱਲੋਂ ਨਹੀਂ ਆਇਆ। ਸਭ ਤੋਂ ਪਹਿਲਾਂ ਮੈਂ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੂੰ ਸ਼ਾਮਿਲ ਕਰਦੀ ਹਾਂ, ਔਰ ਸ਼ਾਮਿਲ ਕਰਦੇ ਹੀ ਔਨ ਦਾ ਹੈਪੀ ਨੋਟ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੀ ਹਾਂ ਜੀ। ਹੈਪੀ ਬਰਥਡੇ। ਥੈਂਕ ਯੂ ਮਨਵੀ, ਸਤਿ ਸ੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਸਵਾਲ ਮੈਂ ਤੁਹਾਡੇ ਵੱਲ ਨੀਟ ਦੀ ਪ੍ਰੀਖਿਆ ਨਾਲ ਜੁੜਿਆ ਹੀ ਲੈ ਕੇ ਆਵਾਂਗੀ। ਸਰ, ਬਹੁਤ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਤੇ ਪੜ੍ਹਨ ਦਾ ਜਿਹੜਾ ਬੋਝ ਹੈ ਆਮ ਇੰਡੀਅਨ ਮਿਡਲ ਕਲਾਸ ਹਾਊਸ ਹੋਲਡ ਦੇ ਵਿੱਚ, ਡਾਕਟਰ ਬਣਨਾ, ਇੰਜੀਨੀਅਰਸ ਬਣਨਾ, PhD ਕਰਨੀ, ਪ੍ਰੋਫੈਸਰ ਲੱਗਣਾ ਕਾਲਜਾਂ ਦੇ ਵਿੱਚ, ਇਹ ਇੱਕ ਪ੍ਰੋਫੈਸ਼ਨ ਵੀ ਹੈ ਔਰ ਸਾਡੇ ਆਮ ਯੂਥ ਦਾ ਇੱਕ ਡ੍ਰੀਮ ਵੀ ਹੈਗਾ। ਉਹਦੇ ਲਈ ਕੁਛ ਟੈਸਟ ਨੇ ਜਿਹੜੇ ਬੜੇ ਔਖੇ ਟੈਸਟ ਮੰਨੇ ਜਾਂਦੇ ਨੇ, ਜੋ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਜਾਂਦੇ ਨੇ। ਇਹਨਾਂ ਟੈਸਟਾਂ ਦੀ ਤਿਆਰੀ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਜਾਂਦੀ ਜੀ, 7ਵੀਂ 8ਵੀਂ 9ਵੀਂ ਕਲਾਸ ਤੋਂ। ਸਕੂਲ ਤੋਂ ਆ ਕੇ ਵਿਦਿਆਰਥੀ ਟਿਊਸ਼ਨ ਪੜ੍ਹਨ ਜਾਂਦੇ ਨੇ, ਬਹੁਤ ਵੱਡਾ ਬੋਝ ਹੈ, ਬਸਤਿਆਂ ਦਾ ਬੋਝ ਹੈ, ਕਿਤਾਬਾਂ ਦਾ ਬੋਝ ਹੈ। ਉਸ ਤੋਂ ਬਾਅਦ ਕੋਚਿੰਗ ਸੈਂਟਰਸ ਦੇ ਵਿੱਚ ਉਹ ਟ੍ਰੇਨਿੰਗ ਕਰਦੇ ਨੇ, ਹੁਣ ਤਾਂ ਵਿਦਿਆਰਥੀਆਂ ਨਾਲ ਆਨਲਾਈਨ ਕਲਾਸਿਸ ਜਿਹੜੀਆਂ ਉਹ ਲੈਂਦੇ ਨੇ ਘਰਾਂ ਦੇ ਵਿੱਚ, ਬਹੁਤ ਵੱਡਾ ਸਮਾਂ ਉਹਨਾਂ ਦਾ ਸਾਰਾ ਦਿਨ ਸਿਰਫ ਪੜ੍ਹਾਈ ਤੇ ਕੇਂਦਰਿਤ ਰਹਿੰਦਾ ਹੈ। ਤੇ ਜਦੋਂ ਟੈਸਟ ਦਿੰਦੇ ਨੇ, ਟੈਸਟ ਦੇਣ ਜਾਂਦੇ ਨੇ, ਜੋ ਸਾਡੀ ਕੇਂਦਰੀ ਏਜੰਸੀ ਟੈਸਟ ਕਰਵਾਉਂਦੀ ਹੈ ਡਾਕਟਰੀ ਦੇ ਐਡਮਿਸ਼ਨ ਲਈ ਜਾਂ ਹੋਰ ਵੀ ਐਡਮਿਸ਼ਨਸ ਦੇ ਲਈ, ਤਾਂ ਉਹ ਪੇਪਰ ਲੀਕ ਹੋ ਜਾਂਦੇ ਨੇ, ਤੇ ਲੀਕ ਹੋ ਕੇ ਉਹ ਪੇਪਰ 40-40 ਲੱਖ ਦੇ ਵਿਕਦੇ ਨੇ। ਸਰ, ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਵੱਲੋਂ ਪਹਿਲਾਂ ਇਹ ਕਿਹਾ ਗਿਆ ਕਿ ਇਹ ਰਬਿਸ਼ ਚਾਰਜਸ ਨੇ, ਔਰ ਬਾਅਦ ਵਿੱਚ ਮੋਰਲ ਰਿਸਪੋਂਸੀਬਿਲਿਟੀ ਮੰਨਦੇ ਹੋਏ ਇਹਨੂੰ ਕਿਹਾ ਕਿ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਰਿਹਾ ਹੈਗਾ, ਇਹ ਗਲਤ ਹੋਇਆ ਹੈਗਾ। ਸਰ, ਇਸ ਸਮੇਂ 30 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ
ਖਤਰੇ ਦੇ ਵਿੱਚ ਆ। ਉਹਨਾਂ ਨੇ ਜਿਹੜਾ ਸਮਾਂ ਜੋ ਮਿਹਨਤ ਕੀਤੀ ਉਹ ਬਿਲਕੁਲ ਉਹਦੇ ਤੇ ਪਾਣੀ ਫਿਰ ਚੁੱਕਾ ਹੈ। ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ, ਇਹਨੂੰ ਤੁਸੀਂ ਕਿਵੇਂ ਓਬਜ਼ਰਵ ਕਰ ਰਹੇ ਹੋ? ਜਿਹੜਾ ਇਹ ਨੀਟ ਦਾ ਐਗਜ਼ਾਮੀਨੇਸ਼ਨ ਆ ਨਾ, 2018 ਤੋਂ ਬਾਅਦ ਸ਼ੁਰੂ ਹੋਇਆ ਹੈਗਾ। ਇਹ ਆਲ ਇੰਡੀਆ ਲੈਵਲ 'ਤੇ ਐਲੀਜੀਬਿਲਟੀ ਐਂਟਰੈਂਸ ਟੈਸਟ ਹੈਗਾ, ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ। ਇਹਦੇ ਰਾਹੀਂ ਜਿਹੜੇ ਬੱਚੇ ਸਕਸੈਸਫੁਲ ਹੁੰਦੇ ਨੇ, 1 ਲੱਖ ਸੀਟ ਹੈਗੀ ਆ ਮੈਡੀਕਲ ਕਾਲਜਸ ਦੇ ਵਿੱਚ ਆਲ ਓਵਰ ਇੰਡੀਆ। ਉਹ ਫਿਰ ਜਿਸ ਤਰ੍ਹਾਂ ਮੈਰਿਟ ਬਣਦੀ ਆ, ਉਸ ਮੈਰਿਟ ਦੇ ਹਿਸਾਬ ਨਾਲ ਜਿਹੜੇ ਟੋਪ ਦੇ ਸਕੂਲਸ ਹੈਗੇ ਆ ਜਾਂ ਦੂਸਰੇ ਸਕੂਲਸ ਆ, ਸਟੇਟ ਰਨ ਵੀ ਹੈਗੇ ਨੇ ਇੰਸਟੀਟਿਊਸ਼ਨਸ ਅਤੇ ਪ੍ਰਾਈਵੇਟ ਵੀ ਕਾਫੀ ਨੇ ਆ, ਫਿਰ ਉਸ ਹਿਸਾਬ ਨਾਲ ਦਰਜਾਬੰਦੀ ਹੁੰਦੀ ਹੈਗੀ ਆ ਅਤੇ ਬੱਚਿਆਂ ਦਾ ਉਸ ਹਿਸਾਬ ਉਸ ਪ੍ਰੀਖਿਆ ਦੇ ਅੰਕਾਂ ਦੇ ਹਿਸਾਬ ਨਾਲ ਹੀ ਉੱਥੇ ਉਹਨਾਂ ਨੂੰ ਦਾਖਲੇ ਮਿਲਦੇ ਨੇ। ਇਹ ਜਿਹੜਾ ਹੈਗਾ ਕਾਫੀ ਪਹਿਲੇ ਵੀ ਜਦੋਂ ਹੁੰਦਾ ਹੈਗਾ ਨੀਟ ਦਾ ਰੌਲਾ ਪੈਂਦਾ ਹੈਗਾ ਵੀ ਸਮ ਇਰੈਗੂਲੈਰਿਟੀ ਸਾਰਾ ਹੈਪਨਿੰਗ। ਇਸ ਵਾਰੀ ਤਾਂ ਜ਼ਿਆਦਾ ਰੌਲਾ ਪਿਆ ਵੀ ਇਸ ਵਾਰੀ 720 ਜਿਹੜਾ ਟੋਪ ਸਕੋਰ ਹੈਗਾ ਉਹ 67 ਸਟੂਡੈਂਟਸ ਦਾ ਟੋਪ ਸਕੋਰ ਆਇਆ, 100 ਆਊਟ ਆਫ 100 ਵਾਲਾ ਜਿਹੜਾ 720 ਮਾਰਕ ਹੈਗਾ। ਉਹਦੇ ਨਾਲ ਕਈ ਕੁਸ਼ਚਨਸ ਖੜੇ ਹੋਏ ਆ ਵੀ ਪਹਿਲੇ ਤਾਂ 2-4 ਬੱਚੇ, 5 ਬੱਚੇ, 7 ਬੱਚੇ ਹੁੰਦੇ ਸੀ ਜਿਹੜੇ ਕਿ ਫੁੱਲ ਸਕੋਰ ਕਰਦੇ ਸੀਗੇ, ਇਸ ਵਾਰੀ ਇਹ ਨੰਬਰ ਇੰਨਾ ਕਿਉਂ ਵਧਿਆ ਹੈਗਾ? ਇਹਦੇ ਨੰਬਰ ਦੀ ਜਿਹੜੀ ਐਕਸਪਲੇਨੇਸ਼ਨ, ਕਿਉਂਕਿ ਇਹ ਜਿਹੜਾ ਟੈਸਟ ਹੈਗਾ ਇਟ ਇਜ਼ ਕੰਡਕਟਡ ਬਾਏ ਦਾ ਨੈਸ਼ਨਲ ਟੈਸਟਿੰਗ ਏਜੰਸੀ ਜਿਹਨੂੰ NTA ਕਹਿੰਦੇ ਹੈਗੇ ਆ, ਅਤੇ ਉਹਨਾਂ ਦੀ ਸੋਲ ਰਿਸਪੋਂਸੀਬਿਲਟੀ ਹੈਗੀ, ਉਹ ਸੈਂਟਰਲ ਇੰਸਟੀਚਿਊਟ ਹੈਗੀ ਆ, ਸੈਂਟਰਲ ਏਜੰਸੀ ਹੈਗੀ ਆ, ਇਟ ਇਜ਼ ਅੰਡਰ ਦਾ ਇੱਕ ਮਿਨਿਸਟਰੀ ਦੇ ਥੱਲੇ ਆਉਂਦੀ ਹੈਗੀ, ਜਿਹਦੇ ਮਿਨਿਸਟਰ ਇਸ ਟਾਈਮ 'ਤੇ ਕੈਬਨਿਟ ਦੇ ਮਿਸਟਰ ਪ੍ਰਧਾਨ ਨੇ। ਉਸ ਦੇ ਵਿੱਚ ਜਿਹੜੀ ਇਸ ਵਾਰੀ, ਕਿਉਂਕਿ ਕਈ ਥਾਂ 'ਤੇ ਕੁਸ਼ਚਨਸ ਉੱਠੇ, ਸਵਾਲ ਉੱਠੇ, ਜਦੋਂ ਵਿੱਚ ਗਰੇਸ ਮਾਰਕਸ ਦਾ ਵੀ ਸਵਾਲ ਆਇਆ, 1563 ਬੱਚਿਆਂ ਨੂੰ ਗਰੇਸ ਮਾਰਕਸ ਦਿੱਤੇ ਗਏ, ਉਹਨਾਂ ਵਿੱਚੋਂ ਕਈ ਫਿਰ ਜਿਹੜੇ ਸੀਗੇ ਉਹ ਗਰੇਸ ਮਾਰਕਸ ਦੀ ਹੈਲਪ ਨਾਲ ਉਹ 720 ਪੂਰਾ ਨੰਬਰ ਮਾਰਕ ਜਿਹੜਾ ਹਾਸਲ ਕਰ ਸਕੇ ਹੈਗੇ ਆ, ਜਿਹਦੇ 'ਤੇ ਸਵਾਲ ਉੱਠੇ ਹੈਗੇ ਆ। ਫਿਰ ਇਹ ਜਦੋਂ ਪਹਿਲੇ ਦਿਨ ਪੇਪਰ ਜਦੋਂ ਹੋਇਆ ਅਤੇ ਰਿਜ਼ਲਟਸ ਆਏ ਤਾਂ ਫਿਰ ਇਹ ਲੀਕ ਹੋਇਆ ਵੀ ਇਹ ਪੇਪਰ ਜਿਹੜਾ ਸੀਗਾ ਸਾਰਾ ਕੰਪਰੋਮਾਈਜ਼ ਸੀਗਾ, ਅਤੇ ਇਹਦੇ ਫਿਰ ਧੁਰਾ ਮਤਲਬ ਕਿ ਜਿਹੜਾ ਰੌਲਾ ਪਿਆ, ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਮੂਵ ਹੋਈ ਵੀ ਇਸ ਨੂੰ ਨਲੀਫਾਈਡ ਕੀਤਾ ਜਾਵੇ ਇਸ ਟੈਸਟ ਨੂੰ, ਅਤੇ ਦੁਬਾਰਾ ਟੈਸਟ ਹੋਵੇ। ਪਰ ਸੁਪਰੀਮ ਕੋਰਟ ਨੇ ਰਿਪੀਟਡ ਇੰਟਰਵੈਂਸ਼ਨਸ ਦੇ ਬਾਵਜੂਦ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੌਂਸਲਿੰਗ ਹੋਣੀ ਹੈ July 6 ਨੂੰ ਉਹਦੇ 'ਤੇ ਰੋਕ ਲਾਉਣ ਤੋਂ ਨਾ ਕਰਤੀ ਵੀ ਅਸੀਂ ਰੋਕ ਨਹੀਂ ਲਾ ਸਕਦੇ, ਪਰ ਉਹਨਾਂ ਨੇ ਜਿਹੜਾ ਗਰੇਸ ਮਾਰਕਸ ਦਾ ਸੀਗਾ ਮੁੱਦਾ ਉਹਦੇ 'ਤੇ ਰੀਲੁੱਕ ਕਰਨ ਨੂੰ ਕਿਹਾ ਨੈਸ਼ਨਲ ਟੈਸਟਿੰਗ ਏਜੰਸੀ ਨੂੰ। ਫਿਰ ਉਹਨਾਂ ਨੇ ਇਹ ਕਾਰਨ ਦਿੱਤਾ ਵੀ ਇਹ ਗਰੇਸ ਮਾਰਕਸ ਤਾਂ ਲਾਏ ਗਏ ਵੀ ਕੁਛ ਬੱਚੇ ਜਿਹੜੇ ਕੁਛ ਸੈਂਟਰਸ ਦੇ ਵਿੱਚ, ਸਾਰੇ ਨਹੀਂ ਕੁਛ ਬੱਚੇ, ਉਹਨਾਂ ਨੂੰ ਉਹ ਦੇਰੀ ਨਾਲ ਆਏ ਅਤੇ ਉਹਨਾਂ ਕੋਲ ਟਾਈਮ ਘੱਟ ਸੀਗਾ, ਇਸ ਲਈ ਉਸ ਨੂੰ ਕੰਪਨਸੇਟ ਕਰਨ ਲਈ ਉਹਨਾਂ ਨੂੰ ਗਰੇਸ ਮਾਰਕਸ ਦਿੱਤੇ ਗਏ ਹੈਗੇ ਆ। ਕਿਉਂਕਿ ਇਹਦੇ ਵਿੱਚ ਜਿਹੜਾ ਨੀਟ ਦਾ ਐਗਜ਼ਾਮੀਨੇਸ਼ਨ ਹੈਗਾ ਇਹਦੇ 'ਚ ਇੱਕ ਕੁਸ਼ਚਨ ਦੇ 4 ਪੁਆਇੰਟਸ ਹੁੰਦੇ ਹੈਗੇ ਆ, ਅਤੇ ਇਹਦੇ ਸਾਰਾ ਕੰਪਿਊਟਰ ਓਰੀਐਂਟਡ ਟੈਸਟ ਹੈਗਾ ਇਹ। ਉਹਦੇ ਨਾਲ ਇਹ ਸਵਾਲ ਉੱਠਣ ਕਰਕੇ ਹੁਣ ਇਹ ਸਾਰੀ ਪ੍ਰਕਿਰਿਆ ਹੀ ਇੱਕ ਤਰ੍ਹਾਂ ਨਾਲ ਇਹ ਸ਼ੋਅ ਹੋ ਰਹੀ ਕਿ ਸਾਰੀ ਪ੍ਰਕਿਰਿਆ ਹੀ ਕੰਪਰੋਮਾਈਜ਼ ਸੀਗੀ। ਪਰ ਪਹਿਲੇ ਵੇਮੈਂਟਲੀ ਡਿਨਾਈ ਕੀਤਾ ਮਿਸਟਰ ਪ੍ਰਧਾਨ ਨੇ, ਜਿਹੜੇ ਯੂਨੀਅਨ ਮਿਨਿਸਟਰ ਨੇ ਵੀ ਇੱਦਾਂ ਦੀ ਕੋਈ ਧਾਂਦਲੀ ਨਹੀਂ ਹੋਈਗੀ, ਇਹ ਫਜ਼ੂਲ ਰੌਲਾ ਪਾਇਆ ਜਾ ਰਿਹਾ। ਹੁਣ ਇਸ ਦੇ ਜਿਹੜੇ ਬੱਚੇ ਤਾਂ ਪ੍ਰੋਟੈਸਟ ਕਰ ਹੀ ਰਹੇ ਨੇ ਸਟੇਟਸ ਦੇ ਵਿੱਚ, ਹੁਣ ਕਾਂਗਰਸ ਜਿਹੜੀ ਆਪੋਜੀਸ਼ਨ ਪਾਰਟੀ ਹੈਗੀ ਆ ਉਹਨਾਂ ਦੇ ਰੈਂਕ ਐਂਡ ਫਾਈਲ ਨੇ ਵੀ ਜੁਆਇਨ ਕੀਤਾ ਹੈਗਾ ਇਹ ਪ੍ਰੋਟੈਸਟ ਦੇ ਵਿੱਚ, ਅਤੇ ਇੱਕ ਨੈਸ਼ਨਲ ਇਸ਼ੂ ਬਣ ਗਿਆ ਹੋਇਆ ਹੈਗਾ, ਅਖਬਾਰਾਂ ਦਾ ਵੀ ਸੁਰਖੀਆਂ ਬਣਿਆ ਹੈਗਾ,
ਟੈਲੀਵਿਜ਼ਨਸ ਤੇ ਵੀ ਮੀਡੀਆ ਤੇ ਵੀ ਇਹ ਪ੍ਰਚਾਰਿਆ ਜਾ ਰਿਹਾ ਵੀ ਜੋ ਇਹ ਧਾਂਦਲੀ ਹੋਈ ਆ ਤੇ ਹੁਣ ਇਹਨਾਂ ਨੇ ਪੰਜ ਬੰਦੇ ਅਰੈਸਟ ਕੀਤੇ ਨੇ, ਕੁਛ ਬਿਹਾਰ 'ਚ ਅਰੈਸਟ ਕੀਤੇ ਨੇ, ਕੁਛ ਮੇਰੇ ਖਿਆਲ ਗੁਜਰਾਤ ਵਿੱਚ ਅਰੈਸਟ ਹੋਈਆਂ ਨੇ ਹੁਣ, ਕਿਉਂਕਿ ਇਨਵੈਸਟੀਗੇਟਿਵ ਏਜੰਸੀ ਵਿੱਚ ਆ ਗਈ ਹੋਈ ਹੈਗੀ ਆ। ਅਤੇ ਉੱਥੋਂ ਇਹ ਵੀ ਕਈ ਬੱਚਿਆਂ ਨੇ ਮੰਨੇ, ਕੁਛ ਸਟੂਡੈਂਟਸ ਵੀ ਅਰੈਸਟ ਕੀਤੇ ਹੈਗੇ ਅਤੇ ਉਹਨਾਂ ਨੇ ਮੰਨਿਆ ਵੀ ਹੈਗਾ ਵੀ ਅਸੀਂ 30-30 ਲੱਖ ਤੋਂ ਉੱਤੇ ਪੇਪਰ ਖਰੀਦਿਆ ਹੈਗਾ, ਲੀਕ ਹੋਇਆ ਹੋਇਆ ਪੇਪਰ। ਸੋ ਇਸ ਕਰਕੇ ਹੁਣ ਰੀਟਰੇਟ ਕਰਨਾ ਪਿਆ ਹੈਗਾ ਜਿਹੜੇ ਮਿਸਟਰ ਪ੍ਰਧਾਨ ਆ ਯੂਨੀਅਨ ਮਿਨਿਸਟਰ, ਕਿ ਮੈਂ ਮੋਰਲ ਰਿਸਪੋਂਸੀਬਿਲਟੀ ਕਬੂਲਦਾ ਹੈਗਾ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਦੀ ਥੋਰੋ ਜਾਂਚ ਕਰਾਵਾਂਗੇ, ਪਰ ਇਹ ਨਹੀਂ ਮੰਨੇ ਉਹ ਕਿ ਇਹ ਜਿਹੜਾ ਟੈਸਟ ਹੈ ਦੁਬਾਰਾ ਹੋਊਗਾ। ਨਾ ਸੁਪਰੀਮ ਕੋਰਟ ਮੰਨ ਰਹੀ ਇਸ ਗੱਲ 'ਤੇ, ਅਤੇ ਨਾ ਉਹਨੇ ਕੌਂਸਲਿੰਗ 'ਤੇ ਰੋਕ ਲਾਉਣ ਨੂੰ ਮੰਨੇ ਹੈਗੇ ਆ, ਪਰ ਹਜੇ ਇਹ ਮਾਮਲਾ ਖਤਮ ਨਹੀਂ ਹੋਇਆ ਹੈਗਾ, ਇਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਆ ਗਿਆ ਹੋਇਆ। 23,00,000 ਕੇ 33,000 ਬੱਚਿਆਂ ਨੇ ਇਹ ਪੇਪਰ ਦਿੱਤਾ ਸੀਗਾ ਅਤੇ 100,000 ਸੀਟਸ ਦੇ ਲਈ। ਸੋ ਹੁਣ ਇਹ ਬਹੁਤ ਵੱਡਾ ਇਸ਼ੂ ਹੈਗਾ, ਨਾਲ ਦੀ ਨਾਲ ਜਿਹੜਾ UGC ਦਾ ਸੀਗਾ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਨੈੱਟ ਦਾ ਟੈਸਟ ਸੀਗਾ, ਉਹ ਟੈਸਟ ਹੋ ਗਿਆ ਸੀਗਾ ਹੁਣੇ ਪਿਛਲੇ ਦਿਨਾਂ 'ਚ ਹੋਇਆ, ਪਰ ਫਿਰ ਅਗਲੇ ਦਿਨ ਹੀ ਉਹਦਾ ਵੀ ਰੌਲਾ ਪੈ ਗਿਆ ਕਿ ਉਹ ਵੀ ਟੈਸਟ ਜਿਹੜਾ ਸੀਗਾ ਕੰਪਰੋਮਾਈਜ਼ 'ਤੇ ਇਹਨਾਂ ਨੂੰ ਕੈਂਸਲ ਕਰਨਾ ਪਿਆ ਹੈਗਾ ਟੈਸਟ, ਉਹ ਦੁਬਾਰਾ ਟੈਸਟ ਹੋਊਗਾ। ਉਹਦੀ ਮੈਨੂੰ ਗਿਣਤੀ ਨਹੀਂ ਪਤਾ ਵੀ ਉਹਦੇ ਵਿੱਚ ਕਿੰਨੇ ਮਤਲਬ ਕਿ ਅਪੇਅਰ ਹੋਏ ਸੀਗੇ ਜਿਹੜੇ ਸਟੂਡੈਂਟਸ ਹੈਗੇ ਜਿਨ੍ਹਾਂ ਨੇ ਫਰਦਰ, ਉਹਦਾ ਏਮ ਹੈਗਾ ਕਿ ਉਹ ਨੈੱਟ ਕਲੀਅਰ ਕਰਕੇ ਤੁਸੀਂ ਐਲੀਜੀਬਲ ਬਣ ਜਾਂਦੇ ਆ ਫਿਰ ਕਾਲਜ ਲੈਕਚਰਾਰ ਜੋਬਸ ਜਾਂ ਅਸਿਸਟੈਂਟ ਪ੍ਰੋਫੈਸਰ ਦੀਆਂ ਜੋਬਸ ਦੇ ਲਈ ਇਨ ਵੇਰੀਅਸ ਯੂਨੀਵਰਸਿਟੀਜ਼ ਐਂਡ ਕਾਲਜਿਸ ਆਲ ਓਵਰ ਇੰਡੀਆ ਜੀ। ਉਸ ਇਸ ਲਈ ਇਹ ਚੀਜ਼ ਨੇ ਸਾਰੀ ਜਿਹੜੀ ਐਜੂਕੇਸ਼ਨ ਹੈਗੀ ਆਪਣੀ ਪ੍ਰਕਿਰਿਆ ਇੰਡੀਆ ਦੇ ਵਿੱਚ ਉਹਦੇ 'ਤੇ ਸਵਾਲੀਆ ਕੁਸ਼ਚਨ ਖੜਾ ਕਰਤਾ, ਕਿਉਂਕਿ ਪਹਿਲੇ ਵੀ ਕਿੰਨੇ ਭਰਤੀ ਦੇ ਮਾਮਲਿਆਂ ਦੇ ਵਿੱਚ ਕੋਈ ਜਿਹੜੇ ਟੈਸਟ ਹੁੰਦੇ ਆ ਜਾਂ ਹੋਰ ਹੁੰਦੇ ਹੈਗੇ ਉਹਨਾਂ 'ਤੇ ਵੀ ਸਵਾਲ ਲਗਾਤਾਰ ਖੜਦੇ ਰਹੇ ਹੈਗੇ ਆ, ਪਰ ਉਹਦਾ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਗਵਰਨਮੈਂਟਸ ਵੱਲੋਂ ਜੀ। ਇਸੇ ਤਰ੍ਹਾਂ ਇੱਕ ਟੈਸਟ ਹੁੰਦਾ ਜੀ ਜਿਹੜਾ ਦੇਸ਼ ਦੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਅਗਰ ਬੱਚਿਆਂ ਨੇ ਐਡਮਿਸ਼ਨ ਲੈਣਾ ਹੋਵੇ ਕੋਈ ਵੀ ਅੰਡਰ ਗ੍ਰੈਜੂਏਟ ਕੋਰਸ ਕਰਨ ਦੇ ਲਈ, ਤਾਂ ਉਹਦਾ ਵੀ ਜਿਹੜਾ ਰਿਜ਼ਲਟ ਆਉਣਾ ਸੀ ਉਹ ਵੀ ਹੁਣ ਡਿਲੇ ਕਰ ਦਿੱਤਾ ਗਿਆ, ਹਜੇ ਉਹ ਵੀ ਬਹੁਤ ਵੱਡਾ ਨੰਬਰ ਵਿਦਿਆਰਥੀਆਂ ਦਾ ਹੈਗਾ। ਮੈਂ ਇਸ ਮੈਟਰ ਨੂੰ ਪੋਲੀਟੀਕਲ ਸਵਾਲ ਦੇ ਵਿੱਚ ਤੁਹਾਡੇ ਕੋਲ ਲੈ ਕੇ ਆ ਰਹੀ ਹਾਂ ਕਿ ਦੇਸ਼ 'ਚ ਨਵੀਂ ਸਰਕਾਰ ਆਈ ਆ, ਮੋਦੀ ਤੀਸਰੀ ਵਾਰ ਆਏ ਨੇ, ਇਸ ਵਾਰੀ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦੇ ਚੋਣ ਨਤੀਜੇ ਆਏ ਮੰਨਿਆ ਜਾ ਰਿਹਾ ਸੀ ਕਿ ਉਹ ਅਥੋਰੀਟੇਟਿਵ ਮਜੋਰੀਟੇਰੀਅਨਿਜ਼ਮ ਵਾਲਾ ਰੂਲ ਨਹੀਂ ਹੋਏਗਾ, ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਲੈਵਲ ਤੇ ਕਈ ਥਾਵਾਂ ਤੇ ਬਦਲਾਵ ਕਰਨੇ ਪੈਣਗੇ ਕਿਉਂਕਿ ਇਹ ਕੱਲੀ ਭਾਜਪਾ ਦੀ ਨਹੀਂ, ਇਸ ਵਾਰੀ ਇਹ NDA ਦੀ ਸਰਕਾਰ ਆ। ਪਰ ਹਜੇ ਵੀ ਤੁਸੀਂ ਵੀ ਆਪਣੇ ਨੰਬਰ ਐਡ ਕੀਤੇ, 3 ਮਿਲੀਅਨ ਵਿਦਿਆਰਥੀ ਐਂਡ ਯੰਗ ਮਾਇੰਡਸ ਜਿਹੜਾ ਯੂਥ ਹੈ ਉਹ ਸਫ਼ਰ ਕਰ ਰਿਹਾ ਹੈਗਾ, ਉਹਨਾਂ ਦੇ ਭਵਿੱਖ ਕਿਹੜੇ ਪਾਸੇ ਜਾਣਾ ਉਹਨਾਂ ਨੂੰ ਪਤਾ ਨਹੀਂ ਯਾਰ, ਇੱਥੋਂ ਹੀ ਨਿਰਾਸ਼ਤਾ ਪੈਦਾ ਹੁੰਦੀ ਹੈ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹਦੇ ਵਿੱਚ ਸ਼ਾਮਿਲ ਨਾ ਹੋਣਾ ਕਿਤੇ ਵੀ, ਇਹ ਕੋਈ ਵੀ ਸਟੇਟਮੈਂਟ ਕੋਈ ਵੀ ਬਿਆਨ ਨਾ ਜਾਰੀ ਕਰਨਾ, ਸਰ ਇਹਨੂੰ ਕਿਵੇਂ ਦੇਖ ਸਕਦੇ ਆ ਕਿ ਹਜੇ ਵੀ ਨਥਿੰਗ ਹੈਸ ਚੇਂਜਡ? ਨੇ ਕੋਈ ਸਰਫੇਸ ਤੇ ਕੋਈ ਚੇਂਜ ਦਿਖਾਈ ਨਹੀਂ ਦੇ ਰਹੀ, ਜਿਹੜਾ ਉਹਨਾਂ ਦਾ ਅਥਾਰਟੇਰੀਅਨ ਐਟੀਟਿਊਡ ਹੈਗਾ ਪ੍ਰਾਈਮ ਮਿਨਿਸਟਰ ਦਾ, ਉਹਦੇ ਵਿੱਚ ਕੋਈ ਚੇਂਜ ਸਰਫੇਸ ਤੇ ਦਿਖਾਈ ਨਹੀਂ ਦੇ ਰਹੀ। ਇਸ ਬਾਰੇ ਕੁਐਸਚਨਸ ਰੇਜ਼ ਕੀਤੇ ਹੈਗੇ ਮਿਸਟਰ ਰਾਹੁਲ ਗਾਂਧੀ ਨੇ, ਜਿਹੜੇ ਕਿ ਕਾਂਗਰਸ ਪਾਰਟੀ ਦੇ ਅਹਿਮ ਲੀਡਰ ਹੈਗੇ ਆ, ਉਹਨਾਂ ਨੇ ਡਾਇਰੈਕਟ ਅਟੈਕ ਕੀਤਾ ਹੈਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ 'ਤੇ ਕਿ ਉਹਨਾਂ ਦੀ ਜਿਹੜੀ ਕੈਰਲੈਸਨੈਸ ਹੈਗੀ ਆ ਨੇਚਰ, ਉਹਦਾ ਇਹ ਪ੍ਰਗਟਾਵਾ ਹੈਗਾ ਕਿ ਇਹਨਾਂ ਨੂੰ ਕੋਈ ਵੀ ਜਿਹੜਾ ਆਪਣਾ ਯੂਥ ਦੀ ਵੈਲਫੇਅਰ ਬਾਰੇ ਜਾਂ ਯੂਥ ਦਾ ਜਿਹੜਾ ਇਮੋਸ਼ਨਲ ਟਰਾਮਾ ਹੋਇਆ ਇਸ ਐਗਜ਼ਾਮੀਨੇਸ਼ਨ ਨਾਲ,
ਉਹਦੇ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਸਟੇਟਮੈਂਟ ਨਾ ਆਉਣ ਕਰਕੇ ਤਾਂ ਕੁਐਸਚਨ ਮਾਰਕ ਵਿੱਚ ਆਈ ਹੈਗੀ ਹੈ ਕ੍ਰੈਡੀਬਿਲਿਟੀ ਆਫ ਦਾ ਇੰਡੀਅਨ ਪ੍ਰਾਈਮ ਮਿਨਿਸਟਰ। ਇਹਦੇ ਨਾਲ ਹੀ ਅਗਲਾ ਮੈਟਰ ਜਿਹੜਾ ਪੰਜਾਬ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਜੀ, ਜਿਸ ਤਰ੍ਹਾਂ ਚੋਣ ਨਤੀਜੇ ਆਉਂਦੇ ਨੇ ਔਰ ਉਹਨਾਂ ਨਤੀਜਿਆਂ ਤੋਂ ਬਾਅਦ ਆਲਮੋਸਟ ਹਰ ਇੱਕ ਪਾਰਟੀ ਨੂੰ ਵੱਡੀ ਸੱਟ ਵੱਜੀ ਹੈ। ਕਾਂਗਰਸ ਪਾਰਟੀ ਦੇ ਵਿੱਚ ਵੀ ਆਪਣੇ ਅੰਦਰ ਇੱਕ ਆਵਾਜ਼ਾਂ ਉੱਠ ਰਹੀਆਂ ਨੇ ਕਿ ਇਸ ਵਾਰੀ ਕਾਂਗਰਸ ਦੀ ਪਰਫਾਰਮੈਂਸ ਬਿਲਕੁਲ ਹੀ, ਮਾਲਵਾ ਰੀਜਨ ਦੇ ਵਿੱਚ ਤਾਂ ਕੋਈ ਵਿਧਾਨ ਸਭਾ ਹਲਕਾ ਆਲਮੋਸਟ ਇੱਕ ਜਾਂ ਦੋ ਦੇ ਤੱਕ ਹੀ ਉਹ ਮਹਿਦੂਦ ਰਹੇ ਨੇ, ਕਿਤੇ ਕਿਤੇ ਵੀ ਉਹਨਾਂ ਦੀ ਲੀਡ ਜਿਹੜੀ ਆ ਉਹ ਵੱਡੀ ਬਣ ਨਹੀਂ ਪਾਈ ਹੈਗੀ। ਵੱਡੇ ਚਿਹਰੇ ਉਤਾਰੇ ਆ ਤਾਂ ਕਾਂਗਰਸ ਨੇ ਆਪਣੀ ਸ਼ਾਖ ਬਚਾਈ ਹੈ ਜੀ, ਅਦਰਵਾਈਜ਼ ਬਹੁਤ ਟਫ ਫਾਈਟ ਸੀ ਫੋਰ ਕਾਂਗਰਸ ਐਜ਼ ਵੈਲ। ਆਮ ਆਦਮੀ ਪਾਰਟੀ ਆਪਣੀਆਂ ਅਮੈਂਡਸ ਕਰ ਰਹੀ ਹੈਗੀ ਆ। ਸਭ ਤੋਂ ਵੱਡੀ ਗੱਲ ਸਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਤਾਂ ਬਹੁਤ ਦੂਰ ਦੀ ਗੱਲ ਸੀ, ਪਰ ਇਸ ਵਾਰੀ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇਸ ਸਮੇਂ ਚਾਹੇ ਚਰਚਾ ਦੇ ਵਿੱਚ ਬਹੁਤ ਰਹਿੰਦੀ ਆ, ਬਹੁਤ ਤਵੱਜੋ ਹਰ ਜਗ੍ਹਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੂੰ ਮਿਲ ਰਹੀ ਹੈਗੀ ਆ, ਪਰ ਜਦੋਂ ਲੋਕਾਂ ਨੇ ਪਾਵਰ ਦੇਣੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਲੋਕ ਭਰੋਸਾ ਨਹੀਂ ਕਰ ਰਹੇ ਹੈਗੇ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਅੱਗੇ ਦੀ ਲੀਡਰਸ਼ਿਪ ਦੀਆਂ ਗੱਲਾਂ ਉੱਭਰ ਰਹੀਆਂ ਨੇ ਕਿ ਚੇਂਜ ਬਹੁਤ ਜ਼ਰੂਰੀ ਹੈ, ਕਿੰਨੇ ਕੁ ਸਹਿਮਤ ਹੋ ਤੁਸੀਂ ਇਸ ਚੀਜ਼ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਤੋਂ ਥੋੜ੍ਹਾ ਪਿਛਾਂ ਹਟਣਾ ਚਾਹੀਦਾ। ਅਤੇ ਨਾਲ ਹੀ ਅਗਲਾ ਪੁਆਇੰਟ ਸਰ, ਜਿਹੜਾ ਕਿ ਅਗਰ ਸੁਖਬੀਰ ਸਿੰਘ ਬਾਦਲ ਨਹੀਂ ਤਾਂ ਫਿਰ ਹੋਰ ਕੌਣ ਹੈ ਅਕਾਲੀ ਦਲ ਦੇ ਵਿੱਚ, ਕੌਣ ਹੈ ਜਿਹੜਾ ਮੋਨੀਟਰੀ ਸਪੋਰਟਸ ਵੀ ਸਪੋਰਟ ਵੀ ਵੱਡੀ ਅਕਾਲੀ ਦਲ ਨੂੰ ਦੇ ਸਕੇ ਐਂਡ ਉਹਨੂੰ ਚਲਾ ਸਕੇ, ਕਿਹੜਾ ਹੋਰ ਲੀਡਰ ਹੈ? ਇਹਦਾ ਮਨਵੀਰ ਮੈਂ ਇੱਥੋਂ ਸ਼ੁਰੂ ਕਰਦਾ ਹੈਗਾ, ਕਿਉਂਕਿ ਰੈਜ਼ਿਸਟੈਂਸ਼ੀਅਲ ਕ੍ਰਾਈਸਿਸ ਹੈਗੇ ਇਸ ਟਾਈਮ 'ਤੇ ਅਕਾਲੀ ਦਲ ਅੱਗੇ, ਈਵਨ ਲੀਡਰਸ਼ਿਪ 'ਤੇ ਤਾਂ ਸਵਾਲ ਖੜੇ ਹੀ ਖੜੇ ਹੈਗੇ ਆ। ਪਾਰਟੀ ਐਜ਼ ਏ ਹੋਲ ਵੀ ਆਪਣਾ ਸਰਵਾਈਵਲ ਲੱਭ ਰਹੀ ਹੈਗੀ ਹੈ ਵੀ ਕੀ ਉਹ ਹੁਣ ਆਪਣੇ ਪੁਰਾਣੇ ਬੁਲੰਦੀਆਂ ਵਾਲੇ ਰਾਹ 'ਤੇ ਪੈ ਵੀ ਸਕਣਗੇ ਕਿ ਇਸ ਤੋਂ ਆਪਣਾ ਰਾਹ ਉਹ ਗੁਆ ਚੁੱਕੇ ਹੈਗੇ ਆ। ਕਿਉਂਕਿ ਇੱਥੇ ਆਉਂਦਾ ਸਵਾਲ ਕਿ ਕਿਸ਼ਤੀ ਵੀ ਨਹੀਂ ਬਦਲੀ ਔਰ ਦਰਿਆ ਵੀ ਨਹੀਂ ਬਦਲਾ, ਹਮ ਡੂਬਣੇ ਵਾਲੋਂ ਕਾ ਜਜ਼ਬਾ ਵੀ ਨਹੀਂ ਬਦਲਾ, ਏਕ ਉਮਰ ਹੋਈ ਹਮਨੇ ਮੰਜ਼ਿਲ ਵੀ ਨਹੀਂ ਪਾਈ ਔਰ ਰਾਸਤਾ ਵੀ ਨਹੀਂ ਬਦਲਾ। ਹੁਣ 7.5 ਸਾਲ ਹੋ ਗਏ ਹੋਏ ਆ ਅਕਾਲੀ ਦਲ ਨੂੰ ਆਊਟ ਆਫ ਪਾਵਰ, ਅਤੇ ਉਹ ਇੱਕ ਬਹੁਤ ਵੱਡਾ ਡਿਲੈਮਾ ਹੈਗਾ, ਪਾਰਟੀ ਲਈ ਵੀ ਹੈਗਾ, ਪਰ ਸਭ ਨਾਲ ਜ਼ਿਆਦਾ ਕੇਂਦਰਿਤ ਬਿੰਦੂ ਹੈਗੀ ਆ ਪਾਰਟੀ ਦੇ ਪ੍ਰੈਜੀਡੈਂਟ ਸਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਅਬਿਲਿਟੀਜ਼ 'ਤੇ। ਪਰ ਜੇ ਆਪਾਂ ਦੇਖਿਆ ਜਾਵੇ, ਕਿਉਂਕਿ ਸਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੇ ਆਪਣੇ ਬੇਟੇ ਨੂੰ ਸੁਰੱਖਿਅਤ ਕਰਨ ਲਈ ਉਹਦੀ ਲੀਡਰਸ਼ਿਪ ਨੂੰ, ਉਹਨਾਂ ਨੇ ਸੈਕਿੰਡ ਰੰਗ ਦੀ ਲੀਡਰਸ਼ਿਪ ਨੂੰ ਡਿਵੈਲਪ ਹੀ ਨਹੀਂ ਹੋਣ ਦਿੱਤਾ ਅਕਾਲੀ ਦਲ ਦੇ ਵਿੱਚ। ਉਹਦਾ ਹੁਣ ਜਿਹੜਾ ਕ੍ਰਾਈਸਿਸ ਹੈਗਾ ਉਹ ਹੁਣ ਸਾਹਮਣੇ ਆ ਰਿਹਾ ਵੀ ਅਦਰ ਦੈਨ ਸੁਖਬੀਰ ਬਾਦਲ ਕੋਈ ਹੋਰ ਇਸ ਤਰ੍ਹਾਂ ਦਾ ਪੈਨ ਪੰਜਾਬ ਦਾ ਲੀਡਰ ਦਿਖਾਈ ਨਹੀਂ ਦੇ ਰਿਹਾ ਅਕਾਲੀ ਦਲ ਦੇ ਵਿੱਚ। ਬਾਕੀ ਜਿਹੜੇ ਹੈਗੇ ਆ ਸਾਰੇ ਹਲਕਾ ਵਾਈਸ ਲੀਡਰਸ ਹੈਗੇ ਆ, ਪਰ ਪੈਨ ਪੰਜਾਬ ਦੇ ਇੱਕ ਲੀਡਰਸ਼ਿਪ ਦਾ ਕ੍ਰਾਈਸਿਸ ਹੈਗਾ ਅਦਰ ਦੈਨ ਸੁਖਬੀਰ ਸਿੰਘ ਬਾਦਲ। ਅਤੇ ਜੇ ਉਹ ਕ੍ਰਾਈਸਿਸ ਨੂੰ ਉਹ ਵਿਕਰਮ ਮਜੀਠੀਆ ਨੂੰ ਆਪਣੀ ਕਮਾਂਡ ਦਿੰਦੇ ਹੈਗੇ ਆ ਤਾਂ ਉਹਦੇ ਨਾਲ ਹੋਰ ਪਰਿਵਾਰਕ ਇਸ਼ੂਜ਼ ਦੇ ਸਵਾਲ ਉੱਠਣਗੇ ਵੀ ਇਹ ਪਾਰਟੀ ਜਿਹੜੀ ਆ ਪਰਿਵਾਰਵਾਦ ਦਾ ਪੱਲਾ ਛੱਡ ਨਹੀਂ ਰਹੀਗੀ। ਹੁਣ ਇਸ ਕਰਕੇ ਜਿਹੜੀ ਜਦ ਦੀ ਕੋਰ ਕਮੇਟੀ ਦੀ ਉਹਨਾਂ ਨੇ ਮੀਟਿੰਗ ਸੱਦੀ ਸੀ, ਕਿਉਂਕਿ ਇਸ ਇਲੈਕਸ਼ਨਸ ਦੇ ਵਿੱਚ 2024 ਦੀਆਂ ਪਾਰਲੀਮੈਂਟਰੀ ਇਲੈਕਸ਼ਨਸ ਦੇ ਵਿੱਚ ਕਾਂਗਰਸ ਜਿਹੜਾ ਅਕਾਲੀ ਦਲ ਦਾ ਵੋਟ ਸ਼ੇਅਰ ਹੈਗਾ ਉਹ ਬਹੁਤ ਬੁਰੀ ਤਰ੍ਹਾਂ ਡਿੱਗਿਆ ਹੈਗਾ, ਉਹ 13.8% 'ਤੇ ਰਹਿ ਗਿਆ ਹੈਗਾ ਐਂਡ ਇਟ ਇਜ਼ ਮਤਲਬ ਕਿ ਸਾਰਿਆਂ ਨਾਲੋਂ ਫਾਡੀ ਇਹਨਾਂ ਦਾ ਨੰਬਰ ਆਇਆ ਹੈਗਾ, ਈਵਨ ਵੇ ਬਿਓਂਡ ਭਾਰਤੀ ਜਨਤਾ ਪਾਰਟੀ ਦੀ ਪਰਸੈਂਟੇਜ ਨਾਲੋਂ ਵੀ। ਤੋ ਇਸ ਕਰਕੇ ਉਸ ਨਾਲ ਲੀਡਰਸ਼ਿਪ 'ਤੇ ਜ਼ੋਰ ਪਿਆ
ਵਿੱਚ ਇਹਨਾਂ ਦੇ ਬਗਾਵਤ ਵੀ ਹੋ ਰਹੀ ਹੈਗੀ, ਜਿਸ ਤਰ੍ਹਾਂ ਕਿ ਇਹਨਾਂ ਦੇ ਪੋਲੀਟੀਕਲ ਸੈਕਟਰੀ ਚਰਨਜੀਤ ਬਰਾੜ ਨੇ ਅਹਿਮ ਸਵਾਲ ਉਠਾਏ ਨੇ। ਭਾਵੇਂ ਠੀਕ ਆ ਉਹ ਉਸ ਦਾ ਜਿਹੜਾ ਸਵਾਲ ਹੈਗੇ ਉਹ ਕਿੰਨੇ ਸੀਰੀਅਸਲੀ ਲਏ ਜਾਂਦੇ ਆ ਕਿ ਨਹੀਂ, ਇਹ ਤਾਂ ਸਮਾਂ ਦੱਸੂਗਾ। ਪਰ ਉਸ ਨੂੰ ਜਿਹੜਾ ਜਲੀਲ ਕੀਤਾ ਗਿਆ ਕਿ ਉਹਦੀ ਜਿਹੜੀ ਬਾਹਰ ਤੱਕ ਲੱਗਿਆ ਹੋਇਆ ਸੀਗਾ ਨੇਮ ਪਲੇਟ, ਉਹ ਕਿਸ ਤਰ੍ਹਾਂ ਤੋੜ ਕੇ ਸੁੱਟੀ ਗਈ ਆ ਥੱਲੇ, ਸਿਰਫ ਇਸ ਕਰਕੇ ਕਿ ਉਹਨੇ ਕੁਛ ਕੁਐਸਚਨਸ ਰੇਜ਼ ਕੀਤੇ ਹੈਗੇ ਲੀਡਰਸ਼ਿਪ ਬਾਰੇ, ਅਤੇ ਇੱਕ ਕੋਈ ਵੇ ਦੱਸਿਆ ਹੈਗਾ ਵੀ ਕੋਈ ਪ੍ਰੋਸੀਜਰ ਵਗੈਰਾ ਬਣਾਈ ਜਾਵੇ। ਹੁਣ ਉਸ ਨੂੰ ਇਹ ਕਿੰਨੀ ਤਵੱਜੋ ਦਿੰਦੇ ਆ, ਤਾਂ ਇਹਨਾਂ ਦੀਆਂ ਤਖਤੀਆਂ ਲਾ ਕੇ ਸੁੱਟਣ ਜਾਂ ਪੱਟਣ ਕਰਕੇ ਲਿਟਰਲੀ ਪੱਟੀਆਂ ਗਈਆਂ ਨੇ ਜਿਹੜੀਆਂ ਤਖਤੀ ਨੇ ਉਹਦੇ ਨਾਂ ਦੀ। ਇਹ ਇੱਕ ਆਪਣੇ ਆਪ 'ਚ ਐਡੀ ਵੱਡੀ ਪਾਰਟੀ ਜਿਹਦਾ ਐਡਾ ਲੰਮਾ ਇਤਿਹਾਸ ਆ, ਉਹਦੇ ਲਈ ਇਹ ਇੱਕ ਪਬਲਿਕ ਦੇ ਵਿੱਚ ਜਿਹੜੀ ਪਰਸੈਪਸ਼ਨ ਆ ਉਹਨੂੰ ਇਹ ਡੈਮੇਜ ਕਰ ਰਹੀ ਹੈ, ਇਹਨਾਂ ਨੂੰ ਕੋਈ ਪੋਜ਼ਿਟਿਵ ਨੇਚਰ ਨਹੀਂ ਪ੍ਰਜੈਂਟ ਕਰ ਰਹੀ ਇਹਨਾਂ ਦੀ। ਸੋ ਉਸ ਕਰਕੇ ਹੁਣ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹ ਵੀ ਇਨਕਨਕਲੂਸਿਵ ਰਹੀ ਹੈਗੀ ਆ, ਅਤੇ ਉਸ ਤੋਂ ਬਾਅਦ ਹੁਣ ਕੱਲ੍ਹ ਜਿਹੜੀ ਹੈਗੀ ਜਲੰਧਰ ਵਿੱਚ ਇਹਨਾਂ ਦੇ ਜਿਹੜੇ ਅਹਿਮ ਲੀਡਰਸ਼ਿਪ ਹੈਗੀ ਹੈ, ਜਿਹੜੇ ਉਹਨਾਂ 'ਚੋਂ ਬਹੁਤ ਕੋਰ ਕਮੇਟੀ ਦੇ ਮੀਟਿੰਗ ਕੋਰ ਕਮੇਟੀ ਦੇ ਮੈਂਬਰਸ ਵੀ ਹੈਗੇ ਨੇ, ਜਿਸ ਤਰ੍ਹਾਂ ਪ੍ਰੋਫੈਸਰ ਚੰਦੂ ਮਾਜਰਾ ਹੈਗੇ ਆ, ਇਹਨਾਂ ਨੇ ਉੱਥੇ ਕਮੇਟੀ ਦੀ ਮੀਟਿੰਗ ਕੀਤੀ, ਆਪਣੀ ਅਲੈਦਾ ਮੀਟਿੰਗ ਕੀਤੀ ਹੈਗੀ ਜਲੰਧਰ ਦੇ ਵਿੱਚ। ਇਸੇ ਤਰ੍ਹਾਂ ਕੁਛ ਇਹ ਵੀ ਰਿਪੋਰਟਸ ਆ ਰਹੀਆਂ ਨੇ ਕਿ ਹਲਕਾ ਵਾਈਸ ਵੀ ਜਿਹੜੇ ਲੋਕਲ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਵੀ ਆਪਸ 'ਚ ਰਾਬਤਾ ਕਰਕੇ ਮੀਟਿੰਗਸ ਕੀਤੀਆਂ ਨੇ ਅਤੇ ਡਿਸਕਸ ਕੀਤਾ ਹੈਗਾ ਕਿ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਹੈਗਾ ਇਹਦਾ ਸਲਿਊਸ਼ਨ ਕੀ ਹੈਗਾ। ਕਿਉਂਕਿ ਇਸ ਟਾਈਮ 'ਤੇ ਅਕਾਲੀ ਦਲ ਦੀ ਇਹ ਪੋਜੀਸ਼ਨ ਹੈਗੀ ਕਿ ਜਿਹੜਾ ਕਿਓਰ ਹੈਗਾ ਇਹਦਾ ਬਦਲ ਹੈਗਾ, ਇਟਸ ਈਵਨ ਵਰਸਟ ਦੈਨ ਦਾ ਡਿਜ਼ੀਜ਼, ਵੀ ਜਿਸ 'ਤੇ ਕਰ ਰਹੇ ਹੈਗੇ ਜੀ ਤਬਦੀਲੀ ਦੀ ਗੱਲ ਕਰ ਰਹੇ ਹੋ, ਤੋ ਜਿਹੜੀ ਤਬਦੀਲੀ ਆ ਉਹਦਾ ਉਦੋਂ ਵੀ ਵਸ ਸਨੈਰੀਓ ਹੈਗਾ ਵੀ ਕੋਈ ਆਪਣੇ ਪੈਰਾਂ ਸਿਰ ਖੜਿਆ ਲੀਡਰ ਦਿਖਾਈ ਨਹੀਂ ਦੇ ਰਿਹਾ। ਸੋ ਇਸ ਕਰਕੇ ਇੱਕ ਅਕਾਲੀ ਦਲ ਲਈ ਬਹੁਤ ਵੱਡਾ ਡਿਲੈਮਾ ਹੈਗਾ, ਅਤੇ ਇਹ ਡਿਲੈਮਾ ਪੰਜਾਬ ਲਈ ਵੀ ਇਫੈਕਟ ਕਰ ਰਿਹਾ, ਕਿਉਂਕਿ ਪੰਜਾਬ ਕੋਲ ਇੱਕੋ ਇੱਕ ਖੇਤਰੀ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ, ਪਰ ਇਹ ਲੰਮੇ ਚਿਰ ਤੋਂ ਪਰਿਵਾਰਵਾਦ ਦਾ ਜ਼ੋਰ ਹੋਣ ਕਰਕੇ ਇਹ ਇੱਕ ਤਰ੍ਹਾਂ ਨਾਲ ਆਪਣੀ ਕ੍ਰੈਡੀਬਿਲਟੀ ਦਾ ਜਿਹੜਾ ਸਫੇਅਰ ਆ ਵਿੱਚ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਤੁਹਾਡੇ ਨਾਲ ਕਾਲ ਕੱਟ ਗਈ ਸੀ, ਪਰ ਤੁਸੀਂ ਗੱਲ ਕਰ ਰਹੇ ਸੀ ਕਿ ਕ੍ਰੈਡੀਬਿਲਟੀ ਅਕਾਲੀ ਦਲ ਆਪਣੀ ਖੋ ਚੁੱਕਾ ਹੈਗਾ। ਮੈਂ ਤੁਹਾਡੇ ਵੱਲ ਇਹੀ ਸਵਾਲ ਲੈ ਕੇ ਇੱਕ ਪੋਸੀਬਿਲਿਟੀ ਲੈ ਕੇ ਆ ਰਹੀ ਹੈਗੀ ਆ ਕਿ ਅਗਰ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸਾਡੇ ਸਾਹਮਣੇ ਗੱਲ ਆ ਚੁੱਕੀ ਹੈ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਨਾ ਅਸੀਂ ਦੁਸ਼ਮਣੀ ਹੈ ਸਾਡੀ ਕਿਸੇ ਨਾਲ, ਨਾ ਸਾਡੀ ਦੋਸਤੀ ਹੈ, ਮਤਲਬ ਕਿ ਇੰਡੀਆ ਅਲਾਇੰਸ ਐਂਡ ਐਨਡੀਏ ਦੇ ਨਾਲ, ਇਹ ਬਹੁਤ ਵੱਡਾ ਸੰਕੇਤ ਹੈ ਕਿ ਅਕਾਲੀ ਦਲ, ਕਿਉਂਕਿ ਇਸ ਸਮੇਂ ਇੱਕ ਇੱਕ ਸੀਟ ਦਾ ਵੀ ਬਹੁਤ ਵੱਡਾ, ਬਹੁਤ ਵੱਡੀ ਵੈਲਿਊ ਹੈ, ਕਿਉਂਕਿ ਜਿਸ ਤਰ੍ਹਾਂ ਦਾ ਮੈਂਡੇਟ ਲੋਕਾਂ ਨੇ 2024 ਦੀਆਂ ਚੋਣਾਂ 'ਚ ਦਿੱਤਾ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਲੈਵਲ 'ਤੇ ਜਾ ਕੇ ਕਿਸੇ ਦਾ ਹਿੱਸਾ ਬਣਨਾ ਚਾਹੀਦਾ ਹੈ, ਚਾਹੇ ਐਨਡੀਏ ਜਾਂ ਮੋਸਟ ਪ੍ਰੋਬੇਬਲੀ, ਕਿਉਂਕਿ ਐਨਡੀਏ ਨੂੰ ਛੱਡ ਚੁੱਕੇ ਨੇ, ਇੰਡੀਆ ਅਲਾਇੰਸ ਦਾ ਦੇਸ਼ ਦੇ ਹਿੱਤ ਦੇ ਵਿੱਚ ਜਾ ਕੇ ਖੜੇ ਹੋਣਾ ਚਾਹੀਦਾ ਹੈ? ਇਹ ਹੁਣ ਸਵਾਲ ਜਿਹੜਾ ਨਾ ਅਮਰਚ ਕੀਤਾ ਹੈਗਾ, ਜਦੋਂ ਇਹਨਾਂ ਦੇ ਸੈਕਟਰੀ ਜਨਰਲ ਬਲਵਿੰਦਰ ਸਿੰਘ ਭੁੰਡਰ ਜਿਹੜੇ ਹੈਗੇ ਨੇ ਪੁਰਾਣੇ ਅਕਾਲੀ ਲੀਡਰ ਨੇ, ਵੈਟਰਨ ਨੇ, ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਇਹ ਜ਼ਿਕਰ ਕੀਤਾ ਵੀ ਹੁਣ ਸਾਡੇ ਲਈ ਕੋਈ ਭਾਰਤੀ ਜਨਤਾ ਪਾਰਟੀ ਜਾਂ ਕੋਈ ਪਾਰਟੀ ਮੈਟਰ ਨਹੀਂ ਕਰਦੀ, ਸਿਰਫ ਸਾਡੇ ਲਈ ਉਹ ਪਾਰਟੀ ਮੈਟਰ ਕਰਦੀ ਹੈਗੀ ਆ ਜਿਹੜੀ ਸਾਡੇ ਇਸ਼ੂਜ਼ ਦਾ ਸਮਰਥਨ ਕਰਨਾ ਚਾਹੂਗੀ। ਸੋ ਇਹ ਇੱਕ ਤਰ੍ਹਾਂ ਨਾਲ ਸੀਗਾ ਵੀ ਜਿਹੜਾ ਕਾਂਗਰਸ ਦਾ ਇਹ ਪਹਿਲੇ ਤੋਂ ਪ੍ਰਚਾਰ ਕਰ ਰਹੇ ਸੀ ਵੀ ਕਿਸੇ ਵੀ ਹੱਦ ਕਿਸੇ ਵੀ ਕੀਮਤ 'ਤੇ ਕਾਂਗਰਸ ਨਾਲ ਅਲਾਇੰਸ ਨਹੀਂ ਹੋਊਗਾ, ਉਹਦੇ ਲਈ ਇਹਨਾਂ ਨੇ ਹੁਣ ਡੋਰ ਓਪਨ ਕੀਤੇ ਨੇ ਵੀ ਇੰਡੀਆ ਅਲਾਇੰਸ ਜਿਹਦਾ ਕਾਂਗਰਸ ਮੈਂਬਰ ਹੈਗੀ ਆ, ਕਾਂਗਰਸ ਪਾਰਟੀ ਵੀ ਉਹਨਾਂ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ, ਪ੍ਰੋਵਾਈਡਡ ਕਿ ਉਹ ਅਸ਼ੋਰੈਂਸ ਦੇਣ
ਕਿ ਉਹ ਅਕਾਲੀ ਦਲ ਪ੍ਰਤੀ ਜਾਂ ਪੰਜਾਬ ਪ੍ਰਤੀ ਕੋਈ ਆਪਣਾ ਕੋਈ ਇਸ ਤਰ੍ਹਾਂ ਦੀ ਪਹੁੰਚ ਰੱਖਦੇ ਹੈਗੇ ਕਿ ਉਹ ਇਹ ਇਸ਼ੂਜ਼, ਜਿਹੜੇ ਲਿੰਗਰਿੰਗ ਇਸ਼ੂਜ਼ ਨੇ ਪੰਜਾਬ ਦੇ ਅਤੇ ਸਿੱਖਸ ਦੇ, ਉਹਨਾਂ ਪ੍ਰਤੀ ਉਹ ਕੋਈ ਸੰਜੀਦਗੀ ਦਿਖਾਉਣਗੇ। ਇਹ ਤਾਂ ਹੁਣ ਸਮਾਂ ਦੱਸੂਗਾ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਹੈਗੀ। ਮੈਂ ਪਹਿਲੇ ਵੀ ਇਸ਼ੂ ਉਠਾਇਆ ਸੀਗਾ, ਇਹ ਇਲੈਕਸ਼ਨਾਂ ਦੌਰਾਨ ਵੀ ਮੈਂ ਉਠਾਇਆ ਸੀ ਵੀ ਇਹ ਆਪਸ਼ਨਸ ਅਕਾਲੀ ਦਲ ਨੂੰ ਓਪਨ ਰੱਖਣੀਆਂ ਚਾਹੀਦੀਆਂ ਸੀਗੀਆਂ ਕਿ ਇਹ ਹੁਣ ਜਿਹੜਾ ਇਹ ਕਾਂਗਰਸ ਦਾ ਕਰਦੇ ਹੈਗੇ, ਪਰ ਕਾਂਗਰਸ ਨੂੰ ਅਸੈਪਟੇਬਿਲਿਟੀ ਦਿੱਤੀ ਹੈਗੀ ਪੰਜਾਬ ਦੇ ਲੋਕਾਂ ਨੇ, ਖਾਸ ਕਰਕੇ ਸਿੱਖਸ ਨੇ, ਅਤੇ ਉਹ ਵੱਡੇ ਪੱਧਰ 'ਚ ਦਿੱਤੀ ਹੈ ਕਿਉਂਕਿ ਇਸ ਵਾਰੀ ਵੀ ਕਾਂਗਰਸ ਜਿਹੜੀ ਹੈਗੀ ਆ ਸਿੰਗਲ ਲਾਰਜੈਸਟ ਪਾਰਟੀ ਵਜੋਂ ਅਮਰਜ ਕੀਤੀ ਹੈਗੀ ਪਾਰਲੀਮੈਂਟਰੀ ਇਲੈਕਸ਼ਨਸ ਦੇ ਵਿੱਚ ਪੰਜਾਬ ਦੇ ਵਿੱਚ, ਜਦਕਿ ਉਹਨਾਂ ਨੇ 7 ਸੀਟਾਂ ਜਿੱਤੀਆਂ ਹੈਗੀਆਂ ਨੇ। ਇਸੇ ਤਰ੍ਹਾਂ ਪਹਿਲੇ ਵੀ 2019 'ਚ ਵੀ ਉਹਨਾਂ ਕੋਲ 8 ਸੀਟ ਸੀਗੀਆਂ ਇੰਡੀਅਨ ਪਾਰਲੀਮੈਂਟ ਦੇ ਵਿੱਚ, ਜਦਕਿ ਅਕਾਲੀ ਦਲ ਕੋਲ ਸਿਰਫ ਉਦੋਂ 2 ਸੀਟ ਸੀਗੀਆਂ, ਅਤੇ ਇਸ ਵਾਰੀ ਸਿਰਫ ਇਹਨਾਂ ਕੋਲ ਸਿੰਗਲ ਸੀਟ ਹੈਗੀ ਆ। ਸੋ ਇਹ ਆਪਸ਼ਨਸ ਹੈਗੀਆਂ ਨੇ, ਮੇਰਾ ਖਿਆਲ ਤਾਂ ਪੋਜ਼ਿਟਿਵ ਡਿਵੈਲਪਮੈਂਟ ਹੋਈ ਹੈਗੀ ਆ। ਪਰ ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ 'ਚ ਆਏ ਸੀ ਪਿਛਲੇ ਸਮੇਂ ਦੇ ਵਿੱਚ, ਅਤੇ ਉੱਥੇ ਰਹੇ 2-3 ਦਿਨ, ਉਹਨਾਂ ਨੇ ਉੱਥੇ ਸੇਵਾ ਵੀ ਕੀਤੀ ਹੈ, ਕੀਰਤਨ ਵੀ ਸੁਣਿਆ ਹੈਗਾ, ਅਤੇ ਹੋਰ ਉਹਨਾਂ ਨੇ ਆਪਣਾ ਉੱਥੇ ਪ੍ਰਗਟਾਵਾ ਕੀਤਾ ਹੈਗਾ ਭਗਤੀ ਦਾ। ਉਸ ਟਾਈਮ 'ਤੇ ਇਹਨਾਂ ਨੂੰ ਕੋਈ ਨਾ ਕੋਈ ਉਹਨਾਂ ਨਾਲ ਡਾਇਲੋਗ ਕਰਨਾ ਚਾਹੀਦਾ ਸੀ, ਚਾਹੇ ਆਪਣੇ ਲੋਕਲ ਲੈਵਲ ਤੋਂ ਸ਼ੁਰੂ ਕਰਦੇ ਅਤੇ ਚਾਹੇ ਲੀਡਰਸ਼ਿਪ ਲੈਵਲ ਤੋਂ ਸ਼ੁਰੂ ਕਰਦੇ, ਅਤੇ ਉਹਨਾਂ ਦਾ ਮਨ ਉਹਨਾਂ ਨੂੰ ਉਹਨਾਂ ਅੱਗੇ ਰੱਖਦੇ ਕਿ ਸਾਡੇ ਇਸ਼ੂਸ ਕੀ ਹੈਗੇ ਆ, ਪ੍ਰੋਵਾਈਡਡ ਕਿ ਉਹ ਰੈਡੀ ਹੁੰਦਾ ਇਹਨਾਂ ਦੇ ਇਸ਼ੂਸ ਬਾਰੇ ਜਾਣਨ ਲਈ। USA ਐਂਡ ਤਿਬਤ, ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਤਿਬਤੀਅਨ ਲੀਡਰ ਦੇ ਨਾਲ ਹੁੰਦੀ ਹੈ, ਉਹਦੇ ਕੀ ਮਾਇਨੇ ਨੇ ਸਰ? ਕੀ ਤਿਬਤੀਅਨ ਸੋਵਰੈਨਿਟੀ, ਨਹੀਂ ਤਾਂ ਜਿਸ ਤਰ੍ਹਾਂ ਉਹ ਆਟੋਨੋਮੀ ਦੀ ਮੰਗ ਕਰਦੇ ਨੇ, ਆਟੋਨੋਮੀ ਦੀ ਗੱਲ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈਗਾ? ਐਂਡ ਭਾਰਤ ਦੇ ਵਿੱਚ ਇਹ ਜਿਹੜੀ ਮੀਟਿੰਗ ਪੋਸੀਬਲ ਹੁੰਦੀ ਹੈ, ਜਿਸ ਤਰ੍ਹਾਂ ਚਾਈਨਾ ਦਾ ਰਿਸਪੋਂਸ ਆਉਂਦਾ, ਇਸੇ ਨਾਲ ਹੀ ਸਿਨੈਰੀਓ ਨੂੰ ਇੱਥੇ ਦੇਖਣਾ ਬਣਦਾ ਹੈਗਾ ਕਿ ਜਿਵੇਂ ਅਮੈਰੀਕਾ ਭਾਰਤ ਦੇ ਇਲਜ਼ਾਮ ਲਗਾਉਂਦਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਇੱਕ ਤਰ੍ਹਾਂ ਦਾ ਉਹ ਸਾਬਿਤ ਹੀ ਕਰ ਰਿਹਾ ਸਬੂਤ ਦੇ ਕੇ ਕਿ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਸਿਟੀਜ਼ਨ ਨੂੰ, ਕੇਸ ਚੱਲਦਾ ਪਿਆ ਹੈਗਾ। ਸੋ ਇਹਨੂੰ ਕਿਵੇਂ ਦੇਖੀਏ ਸਰ? ਅਮੈਰੀਕਾ ਦੋਸਤਾਨਾ ਢੰਗ ਦੇ ਨਾਲ ਵੀ ਅੱਗੇ ਵਿਚਰ ਰਿਹਾ ਹੈਗਾ ਭਾਰਤ ਦੇ ਵਿੱਚ, ਐਂਡ ਇਨਫੈਕਟ ਤਿੱਬਤ ਦੇ ਨਾਲ ਵੀ ਹੁਣ ਇਸ ਸਮੇਂ, ਔਰ ਉਹ ਵੀ ਜਿਹੜੇ ਇਲਜ਼ਾਮ ਨੇ ਔਰ ਉੱਥੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਸਿੱਖ ਪ੍ਰੋਟੈਸਟ, ਉਹ ਵੀ ਨਾਲ ਦੀ ਨਾਲ ਚੱਲ ਰਹੇ ਨੇ। ਜਿਹੜੇ ਹੈ ਨਾ US ਦੀ ਜਿਹੜੀ ਅਪਰੋਚ ਰਹੀ ਹੈ ਟੂਵਰਡਸ ਦਾ ਤਿੱਬਤ ਇਸ਼ੂ ਤੇ ਟੂਵਰਡਸ ਦੇਰ ਅਪਰੋਚ ਟੂਵਰਡਸ ਦਲਾਈ ਲਾਮਾ ਐਂਡ ਦਾ ਤਿੱਬਤੀਅਨ ਗਵਰਨਮੈਂਟ ਇਨ ਐਗਜ਼ਾਈਲ ਜਿਹੜੀ ਐਗਜ਼ਿਸਟ ਕਰਦੀ ਹੈਗੀ ਧਰਮਸ਼ਾਲਾ ਹੈੱਡਕੁਆਰਟਰਡ ਹੈਗੀ ਆ ਉਹ, ਅਤੇ ਉਸ ਨੂੰ ਇੰਡੀਆ ਨੇ ਇੱਥੇ ਰਿਫਿਊਜ਼ ਦਿੱਤਾ ਹੋਇਆ 70, ਮੇਰਾ ਖਿਆਲ 7 ਲੱਖ ਜਾਂ ਕਿ ਇੰਨਾ ਨੰਬਰ ਹੈਗਾ ਤਿੱਬਤੀਅਨਸ ਦਾ ਜਿਹੜੇ ਇੰਡੀਆ ਵਿੱਚ ਇਹਨਾਂ ਨੇ ਰਿਫਿਊਜ਼ ਲਈ ਹੈਗੀ ਆ। ਸੋ ਉਹਦੇ ਵਿੱਚ ਵੀ ਮਤਲਬ ਕਿ ਇਹਨਾਂ ਨੇ ਹੁਣ ਜਿਹੜਾ ਡੈਲੀਗੇਸ਼ਨ ਆਇਆ ਸੀਗਾ US ਦਾ, ਕਾਂਗਰਸ ਦਾ ਹਾਈ ਲੈਵਲ ਡੈਲੀਗੇਸ਼ਨ ਆਇਆ ਸੀ ਲੈਡ ਬਾਏ ਦਾ ਚੇਅਰਮੈਨ ਆਫ ਦਾ US ਹਾਊਸ ਜਿਹੜਾ ਹੈਗਾ, ਉਹਦੀ ਫੋਰਨ ਅਫੇਅਰਸ ਕਮੇਟੀ ਦੇ ਚੇਅਰਮੈਨ ਸੀਗੇ, ਜਿਨ੍ਹਾਂ ਨੇ 11 ਮੈਂਬਰੀ ਕਾਂਗਰਸਮੈਨ ਦਾ ਡੈਲੀਗੇਸ਼ਨ ਲੀਡ ਕੀਤਾ। ਉਹਦੇ ਵਿੱਚ ਨੈਨਸੀ ਪਲੋਸੀ ਵੀ ਸੀਗੀ, ਜਿਹੜੀ ਫਾਰਮਰ ਸਪੀਕਰ ਹੈਗੀ ਡੈਮੋਕ੍ਰੈਟਿਕ ਪਾਰਟੀ, ਜਦੋਂ ਮਜੋਰਟੀ ਸੀਗੀ US ਕਾਂਗਰਸ ਦੇ ਵਿੱਚ, ਤੇ ਉਹਨਾਂ ਨੇ ਆ ਕੇ ਮੀਟਿੰਗ ਕੀਤੀ ਹੈਗੀ। ਪਹਿਲੇ ਉਹ ਜਿਹੜਾ ਉੱਥੇ ਪਾਰਲੀਮੈਂਟ ਬਣੀ ਹੋਈ ਹੈ ਨਗਜ਼ਾਇਲ ਦੀ ਪਾਰਲੀਮੈਂਟ ਆ, ਉੱਥੇ ਗਏ ਹੈਗਾ ਡੈਲੀਗੇਸ਼ਨ, ਉੱਥੇ ਇਹਨਾਂ ਨੇ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਇਲੈਕਟ, ਉਹਨਾਂ ਦੇ ਜਿਹੜੀ ਉਹ ਗਵਰਨਮੈਂਟ ਇਨ ਐਗਜ਼ਾਈਲ ਹੈਗੀ, ਉਹਨਾਂ ਨਾਲ ਮੀਟਿੰਗ ਕੀਤੀ ਹੈਗੀ ਆ, ਅਤੇ ਫਿਰ ਨੈਕਸਟ ਡੇ ਉਹਨਾਂ ਨੇ ਦਲਾਈ ਲਾਮਾ ਨਾਲ ਮੀਟਿੰਗ ਕੀਤੀ ਹੈ, ਜਿਹੜਾ ਸਪਿਰਚੁਅਲ ਹੈੱਡ ਹੈਗਾ ਤਿੱਬਤੀਅਨਸ ਦਾ।
ਤੇ ਉਸ ਦੇ ਪ੍ਰਤੀਕਰਮ ਵਜੋਂ ਚਾਈਨਾ ਨੇ ਬੜਾ ਸਟਰੋਂਗ ਰਿਐਕਸ਼ਨ ਦਿੱਤਾ ਹੈਗਾ ਟੁਵਰਡਸ ਇੰਡੀਆ ਅਤੇ US ਦੇ ਬਾਰੇ ਵੀ ਤੁਸੀਂ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ, ਮੈਡਲਿੰਗ ਇਨ ਦਾ ਇੰਟਰਨਲ ਅਫੇਅਰਸ ਆਫ ਚਾਈਨਾ, ਕਿਉਂਕਿ ਚਾਈਨਾ ਜਿਹੜਾ ਹੈਗਾ ਤਿੱਬਤ ਨੂੰ ਇੱਕ ਅੰਗ ਮੰਨਦਾ ਹੈਗਾ, ਪਾਰਟ ਮੰਨਦਾ ਹੈਗਾ ਚਾਈਨਾ ਦਾ, ਜਦਕਿ ਤਿੱਬਤੀਅਨਸ ਜਿਹੜੀ ਹੈਗੀ ਆ ਪਹਿਲੇ ਇੰਡੀਪੈਂਡੈਂਟ ਸਟੇਟ ਸੀਗੀ, ਐਂਡ 1959 ਤੱਕ ਉਹ ਇੰਡੀਪੈਂਡੈਂਟ ਸਟੇਟ ਸੀਗੀ। ਉਸ ਤੋਂ ਬਾਅਦ ਉੱਥੇ ਜਿਹੜਾ ਇਨਵੇਜਨ ਹੋਈ ਆ ਚਾਈਨੀਜ਼ ਦੀ, ਅਤੇ ਉੱਥੋਂ ਫਿਰ ਉਦੋਂ ਦਲਾਈ ਲਾਮਾ ਨੂੰ ਆ ਕੇ ਇੰਡੀਆ ਵਿੱਚ ਰਿਫਿਊਜ ਲੈਣੀ ਪਈ ਸੀਗੀ, ਅਤੇ ਨਾਲ ਇਹਦੇ ਹੋਰ ਵੀ ਜਿਹੜੇ ਇਹਨਾਂ ਦੇ ਤਿੱਬਤੀਅਨ ਸੀ ਉਹ ਵੀ ਆਏ ਸੀਗੇ। ਉਦੋਂ ਪ੍ਰਾਈਮ ਮਿਨਿਸਟਰ ਸੀਗੇ ਜਵਾਹਰ ਲਾਲ ਨਹਿਰੂ, ਅਤੇ ਉਹਨਾਂ ਨੇ ਬੜਾ ਇਹਨਾਂ ਨੂੰ ਓਪਨ ਆਰਮਸ ਨਾਲ ਵੈਲਕਮ ਕੀਤਾ ਸੀਗਾ। ਫਿਰ USA ਦੀ ਵੀ ਕਾਫੀ ਚਿਰ ਤੋਂ ਅਪਰੋਚ ਰਹੀ ਸੀ, ਕੁਛ ਸਾਲ ਬਹੁਤ ਚਿਰ ਪਹਿਲੇ ਦੀ ਗੱਲ ਹੈਗੀ ਆ, ਕਿ ਉਹਨਾਂ ਨੇ ਜਿਹੜਾ ਦਲਾਈ ਲਾਮੇ ਦਾ ਛੋਟਾ ਭਰਾ ਸੀਗਾ ਉਹਨਾਂ ਨੂੰ ਇਹਨਾਂ ਨੇ ਮਿਲਟਰੀ ਟ੍ਰੇਨਿੰਗ ਵੀ ਦਿੱਤੀ ਸੀਗੀ, ਤਾਂ ਕਿ ਉਹ ਜੇ ਮਿਲਟੈਰਲੀ ਅਪੋਜ਼ ਕਰਨਾ ਚਾਹੁਣ ਚਾਈਨਾ ਨੂੰ ਤਾਂ ਉਹਦੇ ਵਿੱਚ USA ਸਪੋਰਟ ਕਰੂਗਾ। ਇਹਨਾਂ ਨੇ ਬਕਾਇਦਾ ਕਲੋਰਾਡੋ ਸਟੇਟ ਦੇ ਵਿੱਚ ਉੱਥੇ ਇਹਨਾਂ ਨੂੰ ਟ੍ਰੇਨਿੰਗ ਕੈਂਪਸ ਵੀ ਲਾਏ ਸੀ, ਫਿਰ ਨੇਪਾਲ ਵਿੱਚ ਵੀ ਆ ਕੇ ਇਹਨਾਂ ਨੂੰ ਮਤਲਬ ਕਿ ਇਹ ਡਰੌਪ ਕੀਤਾ ਸੀ। ਪਰ ਉਸ ਤੋਂ ਬਾਅਦ ਅਮੈਰੀਕਾ ਨੇ ਐਜ਼ ਯੂਜੁਅਲ ਇਹਨਾਂ ਨੂੰ ਚਾਈਨਾ ਪ੍ਰੈਸ਼ਰ ਕਰਕੇ ਅਬੰਡਨ ਕਰਤਾ ਸੀਗਾ, ਕਿਉਂਕਿ ਦਲਾਈ ਲਾਮਾ ਕਦੀ ਵੀ ਅਗਰੈਸ਼ਨ ਵਾਲੀ ਪੋਲਸੀ ਨਹੀਂ ਰੱਖਦਾ, ਉਹ ਕਹਿੰਦਾ ਕਿ ਆਪਾਂ ਗੱਲਬਾਤ ਰਾਹੀਂ ਆਪਣਾ ਇਸ਼ੂ ਹੱਲ ਕਰਨਾ ਹੈਗਾ। ਪਰ ਜਿਹੜਾ US ਦਾ ਡੈਲੀਗੇਸ਼ਨ ਆਇਆ ਸੀਗਾ ਇਹ ਸਪੋਰਟ 'ਚ ਆਏ ਸੀਗੇ ਇੰਡੀਪੈਂਡੈਂਟ ਤਿੱਬਤ ਦੀ, ਪਰ ਜਿਹੜਾ ਤਿੱਬਤੀਅਨ ਗਵਰਨਮੈਂਟ ਇਨ ਐਗਜ਼ਾਈਲ ਅਤੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅਗਲੇ ਦਿਨ ਕਲੀਅਰ ਕੀਤਾ ਕਿ ਅਸੀਂ ਸਿਰਫ ਆਟੋਨੋਮੀ ਦੀ ਗੱਲ ਕਰਦੇ ਹੈਗੇ ਹਾਂ ਵਿਦ ਇਨ ਦਾ ਸਟੇਟ ਆਫ ਚਾਈਨਾ, ਵੀ ਸਾਨੂੰ ਜਿਹੜਾ ਤਿੱਬਤ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਸਰਟਨਸ ਜਿਹੜੀਆਂ ਰਾਈਟਸ ਉਹਨਾਂ ਦੀਆਂ ਪ੍ਰੋਟੈਕਟ ਕੀਤੀਆਂ ਜਾਣ, ਅਤੇ ਤਾਂ ਉਹ ਗੱਲਬਾਤ ਕਰਨ ਲਈ ਤਿਆਰ ਨੇ ਚਾਈਨਾ ਨਾਲ। ਪਲੀਜ਼ ਲੈਟ ਮੀ ਆਸਕ ਫੋਰ ਰੈਲੀਵੈਂਟ ਸਵਾਲ ਜੋ ਪੰਜਾਬ ਦੇ ਨਾਲ ਜੁੜਿਆ ਹੈਗਾ, ਜੋ ਸਿੱਖ ਕਮਿਊਨਿਟੀ ਨਾਲ ਜੁੜਿਆ। ਤੁਸੀਂ ਕਿਹਾ ਵੀ ਅਮੈਰੀਕਾ ਉਹਨਾਂ ਨੂੰ ਸੋਵਰੀਅਨ ਨੇਸ਼ਨ ਦੇਣ ਦੀ ਹੈਲਪ ਕਰਨ ਨੂੰ ਤਿਆਰ ਹੈ, ਤੇ ਤਿੱਬਤੀਅਨ ਲੀਡਰ ਦਾ ਕਹਿਣਾ ਹੈਗਾ ਇਨ ਐਗਜ਼ਾਈਲ ਜੋ ਨੇ ਕਿ ਸਾਨੂੰ ਆਟੋਨੋਮੀ ਚਾਹੀਦੀ ਹੈਗੀ ਹੈ। ਸੋਵਰੈਨਿਟੀ ਐਂਡ ਆਟੋਨੋਮੀ ਦਾ ਅੰਤਰ ਬਹੁਤ ਵੱਡਾ ਅੰਤਰ ਹੈ ਸਰ। ਪੰਜਾਬ ਦੇ ਵਿੱਚ ਵੀ ਆਪਾਂ ਇਹ ਵੀ ਦੇਖਿਆ ਜੀ ਅਮੈਰੀਕਾ ਖਾਲਿਸਤਾਨ ਸਿੰਪਥਾਈਜ਼ਰਸ ਨੂੰ ਜਿਸ ਤਰ੍ਹਾਂ ਅਮੈਰੀਕਾ ਪ੍ਰਮੋਟ ਕਰ ਰਿਹਾ ਹੈਗਾ, ਹੈਲਪ ਕਰ ਰਿਹਾ, ਮਦਦ ਕਰ ਰਿਹਾ, ਇਹਦੇ 'ਚੋਂ ਵੀ ਸਾਬਿਤ ਹੋ ਰਿਹਾ ਕਿ ਅਮੈਰੀਕਾ ਇੱਕ ਦੁਬਾਰਾ ਤੋਂ, ਮੈਂ ਕਹਿਣਾ ਤਾਂ ਨਹੀਂ ਚਾਹ ਰਹੀ ਇਹ, ਬਟ ਇਤਿਹਾਸ 'ਚ ਪੜ੍ਹੀਆਂ ਚੀਜ਼ਾਂ ਜਿਹੜੀਆਂ ਕਿਤਾਬਾਂ 'ਚ ਨੇ ਉਹ ਦਿਮਾਗ 'ਚੋਂ ਜਾਂਦੀਆਂ ਨਹੀਂ ਜੀ, ਕਿ ਕੋਲਡ ਵਾਰ ਵਾਲੀ ਇਰਾ ਦੇ ਵਿੱਚ ਜਾ ਰਿਹਾ ਹੈ, ਕਿ ਕਈ ਕਈ ਹੋਰ ਪਾਸਿਆਂ ਤੋਂ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਰ, ਪੰਜਾਬ ਦੇ ਵਿੱਚ ਸੋਵਰੈਨਿਟੀ ਐਂਡ ਆਟੋਨੋਮੀ, ਇਹ ਲੜਾਈ ਕਿੱਥੇ ਆ ਜੀ ਫਿਰ ਪੰਜਾਬ ਦੀ, ਕਿਹੜੀ ਦਿਸ਼ਾ ਦੇ ਵਿੱਚ ਹੋਵੇ, ਸੋਵਰੈਨਿਟੀ ਦੀ ਲੜਾਈ ਹੋਵੇ ਜਾਂ ਆਟੋਨੋਮੀ ਦੀ ਹੋਵੇ? ਨਹੀਂ, USA ਐਸ ਸੱਚ ਕੋਈ ਵੀ ਕਿਸੇ ਤਰ੍ਹਾਂ ਦੀ ਸੋਵਰੈਂਟੀ ਦਾ ਸਿੱਖਸ ਦੇ ਇਸ਼ੂ ਦੀ ਸਪੋਰਟ ਨਹੀਂ ਕਰ ਰਿਹਾ ਕਿਸੇ ਵੀ ਲੈਵਲ 'ਤੇ ਉੱਥੇ, ਕਿਉਂਕਿ ਫਰੀਡਮ ਆਫ ਐਕਸਪ੍ਰੈਸ਼ਨ ਹੈਗਾ ਬਹੁਤ ਵੱਡੇ ਪੱਧਰ 'ਤੇ, ਉਹਨੂੰ ਪ੍ਰੋਟੈਕਟ ਕੀਤਾ ਜਾਂਦਾ ਅਤੇ ਉਹਨੂੰ ਇੱਕ ਸੋਲਮਨ ਰਾਈਟ ਮੰਨਿਆ ਜਾਂਦਾ ਹੈਗਾ। ਉਸ ਰਾਈਟ ਦੇ ਅਧੀਨ ਜਿਹੜੇ ਸਿੱਖਸ ਨੇ ਉੱਥੇ ਐਕਸਪ੍ਰੈਸ ਕਰਦੇ ਨੇ ਫੋਰ ਦਾ ਡਿਮਾਂਡ ਆਫ ਏ ਇੰਡੀਪੈਂਡੈਂਟ ਸਟੇਟ ਫੋਰ ਸਿੱਖਸ ਇਨ ਇੰਡੀਆ, ਇਨ ਬੇਸਿਕਲੀ ਇਨ ਪੰਜਾਬ। ਕਈ ਸੀ ਕਿਉਂਕਿ ਪੈਲਸਟੀਨੀਅਨਸ ਦੇ ਖਿਲਾਫ ਜਿਸ ਤਰ੍ਹਾਂ ਕੁੱਟਮਾਰ ਯੂਨੀਵਰਸਿਟੀਆਂ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ, ਉੱਥੇ ਅਮੈਰੀਕਾ ਦਾ ਦੋਗਲਾਪਣ ਜਿਹੜਾ ਨਜ਼ਰ ਆਉਂਦਾ, ਇਸ ਕਰਕੇ ਮੈਂ ਇਹ ਇਹ ਐਸਪਰਸ਼ਨ ਜਿਹੜੀ ਇੱਥੇ ਵਿੱਚ ਲੱਗ ਕੇ ਆਈ ਹਾਂ। ਬਿਲਕੁਲ ਬਿਲਕੁਲ ਕੰਟਰਾਡਿਕਸ਼ਨਸ ਹੈਗੀਆਂ ਨੇ, ਜਦੋਂ ਹੁਣ ਜਿਹੜੀ ਗਾਜ਼ਾ ਦਾ ਕਨਫਲਿਕਟ ਚੱਲ ਰਿਹਾ ਹੈਗਾ ਪੈਲਸਟਾਈਨ ਦੇ ਵਿੱਚ ਅਤੇ ਇਜ਼ਰਾਈਲ ਦੇ ਵਿੱਚ,
ਉਹਦੀ ਸਪੋਰਟ ਦੇ ਵਿੱਚ ਗਾਜ਼ਨਸ ਦੀ ਜਿਹੜੀ ਵਿਕਟਮਹੁੱਡ, ਜਿਹੜੀ ਉਹਨਾਂ ਦੀ ਕ੍ਰਸ਼ਿੰਗ ਹੋ ਰਹੀ ਹੈਗੀ, ਵਾਰ ਕ੍ਰਾਈਮਸ ਹੋ ਰਹੇ ਹੈਗੇ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਹੋ ਰਹੇ ਹੈਗੇ ਆ, ਉਸ ਦੇ ਇਸ਼ੂ ਨੂੰ ਲੈ ਕੇ ਅਮੈਰੀਕਨ ਜਿਹੜੀਆਂ ਟੌਪ ਯੂਨੀਵਰਸਿਟੀਜ਼ ਹੈਗੀਆਂ ਨੇ, ਉੱਥੇ ਸਟੂਡੈਂਟਸ ਨੇ ਉਹਨਾਂ ਦੀ ਸਪੋਰਟ ਵਿੱਚ ਪ੍ਰੋਟੈਸਟ ਕੀਤੇ ਹੈਗੇ ਆ, ਜਿਨ੍ਹਾਂ ਨੂੰ ਬੜਾ ਅਮੈਰੀਕਨ ਗਵਰਨਮੈਂਟ ਨੇ ਅਤੇ ਉੱਥੋਂ ਦੀਆਂ ਲੋਕਲ ਸਿਟੀ ਜਿਹੜੀਆਂ ਹੈਗੀਆਂ ਐਡਮਿਨਿਸਟ੍ਰੇਸ਼ਨਸ, ਉਹਨਾਂ ਨੇ ਬੜਾ ਬਰੂਟਲੀ ਉਹਨਾਂ ਨੂੰ ਦਬਾਇਆ ਹੈਗਾ, ਅਰੈਸਟ ਵੀ ਹੋਈਆਂ ਹੈਗੀਆਂ ਨੇ ਅਤੇ ਕ੍ਰਸ਼ ਵੀ ਕੀਤੀ ਗਈਆਂ ਨੇ ਡੈਮੋਨਸਟ੍ਰੇਸ਼ਨਸ ਨੂੰ। ਉਹਦੇ ਵਿੱਚ ਇਹਨਾਂ ਦਾ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਦਾ ਹੈਗਾ, ਬਈ ਇਹ ਨੂੰ ਇੱਕ ਸੋਲਮਨ ਰਾਈਟ ਮੰਨਦੇ ਹੈਗੇ, ਉਹਦਾ ਇੱਕ ਦੋਗਲਾ ਚਿਹਰਾ ਸਾਹਮਣੇ ਆਇਆ ਹੈਗਾ ਉਸ ਚੀਜ਼ ਦਾ। ਹਜੇ ਵੀ ਪ੍ਰੋਟੈਸਟ ਵਗੈਰਾ ਅਮੈਰੀਕਾ 'ਚ ਹੋ ਰਹੇ ਨੇ, ਪਰ ਇਸੇ ਤਰ੍ਹਾਂ ਫਰਾਂਸ ਵਿੱਚ ਹੋਏ ਨੇ, ਮਤਲਬ ਕਿ ਇੰਗਲੈਂਡ ਵਿੱਚ ਹੋਏ ਨੇ, ਮਤਲਬ ਹੋਰ ਵੀ ਕਈ ਵੈਸਟਰਨ ਨੇਸ਼ਨ 'ਚ ਹੋਏ ਨੇ। ਹੁਣ ਜਿਵੇਂ ਕੱਲ੍ਹ ਹੈਗਾ ਅਰਮੇਨੀਆ ਇੱਕ ਸਟੇਟ ਹੈਗੀ ਆ ਜਿਹੜੀ ਰਸ਼ੀਅਨ ਤੋਂ ਸੋਵੀਅਤ ਯੂਨੀਅਨ ਤੋਂ ਅਲੈਦਾ ਹੋਈ ਇੱਕ ਇੰਡੀਪੈਂਡੈਂਟ ਰਿਪਬਲਿਕ ਹੈਗੀ ਆ, ਉਹਨਾਂ ਨੇ ਵੀ ਕੱਲ ਆਪਣੇ ਵੱਲੋਂ ਪੈਲਸਟਾਈਨ ਨੂੰ ਐਜ਼ ਏ ਇੰਡੀਪੈਂਡੈਂਟ ਸਟੇਟ ਰੈਕੋਗਨਾਈਜ਼ ਕਰ ਰਿਹਾ ਹੈ, ਅਤੇ ਉਹ ਚੌਥੀ ਨੇਸ਼ਨ ਹੈਗੀ ਆ ਆਫਟਰ ਆਇਰਲੈਂਡ, ਨਾਰਵੇ ਅਤੇ ਸਪੇਨ ਤੋਂ ਬਾਅਦ। ਸੋ ਇਸ ਕਰਕੇ ਜਿਹੜਾ ਕੁਸਚਨ ਹੈਗਾ ਨਾ, ਆਪਾਂ ਬੜੀ ਵਾਰੀ ਕਨਫਿਊਜ਼ ਕਰ ਜਾਂਦੇ ਹਾਂ ਸੋਵਰੈਂਟੀ ਨੂੰ ਆਟੋਨੋਮੀ ਨਾਲ, ਵੀ ਆਟੋਨੋਮਸ ਸਟੈਟਸ ਹੈ ਜਿਹੜੀ ਸਿੱਖਸ ਦੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਡਿਮਾਂਡ ਹੈਗੀ ਆ, ਜਿਹੜੀ ਪੰਜਾਬ ਲਈ ਆਪਾਂ ਖੁਦ ਮੁਖਤਿਆਰੀ ਦੀ ਮੰਗ ਕਰਦੇ ਹਾਂ। ਅਤੇ ਕਿਉਂਕਿ ਜਦੋਂ ਇੰਡੀਆ ਦੀ ਇੰਡੀਪੈਂਡੈਂਸ ਹੋਈ ਸੀ, ਉਸ ਤੋਂ ਪਹਿਲੇ ਜਿਹੜੀ ਉਸ ਟਾਈਮ 'ਤੇ ਲੀਡਿੰਗ ਇੰਡੀਪੈਂਡੈਂਸ ਮੂਵਮੈਂਟ ਦੀ ਜਿਹੜੀ ਲੀਡਰਸ਼ਿਪ ਸੀਗੀ, ਜਿਹੜੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਕੋਲ ਸੀਗੀ, ਉਹਨਾਂ ਦੇ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ, ਚਾਹੇ ਜਵਾਹਰ ਲਾਲ ਨਹਿਰੂ ਸੀ ਚਾਹੇ ਮਹਾਤਮਾ ਗਾਂਧੀ ਸੀਗੇ, ਉਹਨਾਂ ਨੇ ਸਿੱਖਸ ਨੂੰ ਅਸ਼ੋਰੈਂਸ ਦਿੱਤੀ ਸੀ ਸਿੱਖ ਲੀਡਰਸ਼ਿਪ ਨੂੰ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਤੁਸੀਂ ਸਾਡੇ ਨਾਲ ਰਹੋ, ਤੁਸੀਂ ਇੰਡੀਪੈਂਡੈਂਸ ਦੀ ਜਾਂ ਕੋਈ ਹੋਰ ਗੱਲ ਨਾ ਕਰੋ, ਤੁਹਾਨੂੰ ਅਸੀਂ ਇਸ ਤਰ੍ਹਾਂ ਦਾ ਇੱਕ ਖੁਦ ਮੁਖਤਿਆਰ ਦੇਵਾਂਗੇ ਖਿੱਤਾ ਜਿੱਥੇ ਤੁਸੀਂ ਖੁੱਲ੍ਹ ਕੇ ਆਜ਼ਾਦੀ ਨਾਲ ਵਿਚਰ ਸਕੋਗੇ। ਪਰ ਉਹ ਜਿਹੜੀ ਸੀ ਉਹ ਸਿਰਫ ਵਰਬਲ ਅਸ਼ੋਰੈਂਸ ਸੀਗੀਆਂ, ਉਹ ਕੋਈ ਰਿਟਨ ਐਗਰੀਮੈਂਟ ਨਹੀਂ ਹੋਇਆ ਇਸ ਗੱਲ ਦਾ। ਅਤੇ ਕਿਉਂਕਿ ਜਦੋਂ 1947 ਤੋਂ ਬਾਅਦ ਜਿਹੜੇ ਇੰਡੀਅਨ ਲੀਡਰ ਸੀਗੇ ਉਹ ਆਪਣੀ ਗੱਲ ਤੋਂ, ਕਹੀ ਹੋਈ ਗੱਲ ਤੋਂ ਮੁੱਕਰ ਗਏ ਸੀਗੇ, ਜਿਹਦਾ ਕਿ ਬਹੁਤ ਚਿਰ ਤੋਂ ਆਪਣੇ ਸਿੱਖਸ ਦੇ ਵਿੱਚ ਬਹੁਤ ਵੱਡਾ ਗ੍ਰੀਵੀਅੰਸ ਹੈਗਾ ਕਿ ਇਹਨਾਂ ਨੇ ਕਹੀ ਹੋਈ ਗੱਲ ਪਗਾਈ ਨਹੀਂ ਗੀ। ਉਸ ਤੋਂ ਬਾਅਦ ਲਗਾਤਾਰ ਸਿੱਖਸ ਨੇ ਇੱਕ ਟਾਈਮ 'ਤੇ ਤਾਂ 67 ਜਿਹੜਾ ਅਕਾਲੀ ਦਲ ਦਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਮੰਗ ਕੀਤੀ ਗਈ ਸੀ ਕਿ ਜਿਸ ਤਰ੍ਹਾਂ ਆਟੋਨੋਮੀ ਜੰਮੂ ਐਂਡ ਕਸ਼ਮੀਰ ਨੂੰ 370 ਆਰਟੀਕਲ ਰਾਹੀਂ ਮਿਲੀ ਹੋਈ ਸੀ, ਇਸੇ ਤਰ੍ਹਾਂ 371 ਆਰਟੀਕਲ ਰਾਹੀਂ ਨਾਗਾਲੈਂਡ ਜਿਹੜੀਆਂ ਦੂਸਰੀਆਂ ਨੌਰਥ ਈਸਟਰਨ ਸਟੇਟਸ ਹੈਗੀਆਂ ਨੇ ਉਹਨਾਂ ਨੂੰ ਇਹ ਸਟੈਟਸ ਮਿਲਿਆ ਹੋਇਆ ਹੈਗਾ। ਪਰ ਮਤਲਬ ਕਿ ਕਸ਼ਮੀਰ ਦਾ ਤਾਂ ਸਟੈਟਸ ਹੁਣ ਇਹਨਾਂ ਨੇ ਭੰਗ ਕਰਤਾ ਸੀਗਾ 2019 ਦੇ ਵਿੱਚ, ਪਰ ਬਾਕੀ ਨੌਰਥ ਈਸਟਰਨ ਸਟੇਟਸ ਦੇ ਵਿੱਚ ਹਜੇ ਸਟੈਟਸ ਬਰਕਰਾਰ, ਕਿਉਂਕਿ ਨਾਗਾਲੈਂਡ ਦੇ ਵਿੱਚ ਹਜੇ ਵੀ ਇੰਸਰਜੈਂਸੀ ਵੀ ਚੱਲ ਰਹੀ ਹੈਗੀ ਆ, ਅਤੇ ਉਹਨਾਂ ਦਾ ਉੱਥੇ ਫਰੇਮਵਰਕ ਐਗਰੀਮੈਂਟ ਵੀ ਹੋਇਆ ਹੈਗਾ 2015 ਦਾ, ਜਿਹਦੇ ਰਾਹੀਂ ਉਹ ਮੰਗ ਕਰ ਰਹੇ ਹੈਗੇ ਆ, ਪਰ ਉਹ ਲਾਗੂ ਨਹੀਂ ਹੋਇਆ ਗਾ। ਉਹਨਾਂ ਦੀ ਜਿਹੜੀ ਡਿਮਾਂਡ ਹੈਗੀ ਆ ਕਿ ਸਾਨੂੰ ਇੱਕ ਆਪਣਾ ਕਨਸਟੀਟਿਊਸ਼ਨ ਦਿਓ, ਸਾਡਾ ਆਪਣਾ ਫਲੈਗ ਹੋਵੇ, ਅਤੇ ਜਿਹੜੇ ਸਾਡੇ ਨਾਗਾ ਰੈਬਲ ਆਰਮੀ ਹੈਗੀ ਆ, ਕਿਉਂਕਿ ਉੱਥੇ ਵੀ ਗਵਰਨਮੈਂਟ ਇਨ ਐਗਜ਼ਾਈਲ ਐਗਜ਼ਿਸਟ ਕਰਦੀ ਹੈਗੀ ਆ ਪੈਰਲਲ ਟੂ ਦਾ ਸਟੇਟ ਗਵਰਨਮੈਂਟ ਅੰਡਰ ਇੰਡੀਅਨ ਕਨਸਟੀਟਿਊਸ਼ਨ। ਸੋ ਉੱਥੇ ਆ ਕੇ ਫਰੇਮਵਰਕ ਐਗਰੀਮੈਂਟ ਹਜੇ ਤੱਕ ਲਾਗੂ ਨਹੀਂ ਹੋਇਆ, ਪਰ ਉਹਨਾਂ ਦੀਆਂ ਡਿਮਾਂਡਸ ਹਜੇ ਵੀ ਪੈਂਡਿੰਗ ਨੇ। ਉਹ ਵੀ ਕਿਸੇ ਚੀਜ਼ 'ਤੇ ਐਗਰੀਮੈਂਟ ਇਸ ਤੋਂ ਘੱਟ ਕਰਨਾ ਨਹੀਂ ਚਾਹੁੰਦੇ ਜਿਹੜੇ ਨਾਗਾਸ ਨੇ।
ਜਿਹੜੀ ਨਾਗਾ ਲੀਡਰਸ਼ਿਪ ਹੈਗੀ, ਖਾਸ ਕਰਕੇ ਨੈਸ਼ਨਲ ਨਾਗਾਲੈਂਡ ਸੋਸ਼ਲਿਸਟ ਕੌਂਸਲ ਹੈਗੀ ਜਿਹੜੀ। ਜੀ ਸੋ ਅਗਲਾ ਰਾਸਤਾ ਤੁਹਾਨੂੰ ਨਾਗਾਲੈਂਡ ਵਾਲਾ ਜਿਹੜਾ ਰੂਟ ਹੈਗਾ ਇਹਦੇ ਤੇ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ, ਇਹ ਤੁਹਾਨੂੰ ਸਹੀ ਲੱਗਦਾ ਹੈ ਕਿ ਆਟੋਨੋਮੀ ਹਾਸਿਲ ਕਰਨੀ ਹੈ ਤਾਂ ਉਸ ਰਾਸਤੇ ਦੇ ਉੱਤੇ ਤੁਰਿਆ ਜਾ ਸਕਦਾ। ਜਦੋਂ ਲਾਂਗੋਵਾਲ ਨੇ ਅਕੋਰਡ ਕੀਤਾ ਹੈਗਾ ਸੰਤ ਲਾਂਗੋਵਾਲ ਨੇ, ਉਦੋਂ ਉਹਨਾਂ ਨੂੰ ਇਹ ਜਿਹੜੇ ਐਗਰੀਮੈਂਟ ਸੀਗੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤੇ ਟ੍ਰੀਟੀਸ ਹੋਈਆਂ ਨੇ ਉਹਨਾਂ ਬਾਰੇ ਸਟੱਡੀ ਕਰਨਾ ਚਾਹੀਦਾ ਸੀ। ਪਰ ਅਨਫਾਰਚੂਨੇਟਲੀ ਜਿਹੜਾ ਸਿੱਖਸ ਦਾ ਐਗਰੀਮੈਂਟ ਕੀਤਾ ਸੀ ਰਾਜੀਵ ਲਾਂਗੋਵਾਲ ਅਕੋਰਡ ਰਾਹੀਂ, ਉਹ ਬਹੁਤ ਹੀ ਇਸ ਤਰ੍ਹਾਂ ਦਾ ਸੀਗਾ ਕਿ ਇਹਨਾਂ ਨੇ ਜਿੰਨੀਆਂ ਸਾਰੀਆਂ ਸਾਡੀਆਂ ਆਟੋਨੋਮੀ ਦੀਆਂ ਰਾਈਟਸ ਸੀਗੀਆਂ, ਸਾਡੇ ਵਾਟਰ ਸ਼ੇਅਰਿੰਗ ਦੀਆਂ ਰਾਈਟਸ ਸੀਗੀਆਂ, ਸਾਡੀ ਕੈਪੀਟਲਸ ਦਾ ਸੀਗਾ ਸ਼ੇਅਰ, ਉਹਦੇ 'ਤੇ ਕੋਈ ਵੀ ਇਹ ਕਨਕਲੂਸਿਵ ਸਟੈਪ ਲੈ ਨਹੀਂ ਸਕੇ ਅਤੇ ਨਾ ਇੰਡੀਅਨ ਗਵਰਨਮੈਂਟ ਨੇ ਯੀਲਡ ਕੀਤਾ, ਭਾਵੇਂ ਉਹਨਾਂ ਨੇ ਪ੍ਰੋਮਿਸਿਸ ਜ਼ਰੂਰ ਕੀਤੇ ਸੀਗੇ। ਸਰ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਗੱਲ ਕੀਤੀ ਗਈ ਹੈ ਕਿ ਸ਼ਰਧਾਂਜਲੀ ਦਿੱਤੀ ਗਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ, ਸੋ ਇਹਦੇ ਇਸ ਤੋਂ ਬਾਅਦ ਇੰਡੀਆ ਦੇ ਵੱਲੋਂ ਜੋ ਕਨਿਸ਼ਕਾ ਦਿਨ ਮਨਾਉਣ ਦੀ ਗੱਲ ਇੱਥੋਂ ਉੱਭਰਦੀ ਹੈਗੀ ਆ, ਜਾਂ ਜਿਹੜਾ ਇੱਕ ਆਪਾਂ ਪੰਜਾਬ 'ਚ ਦੇਖਿਆ ਹੁਣ ਲੇਟਲੀ ਕਿ ਇੰਟਰਨੈਸ਼ਨਲ ਯੋਗਾ ਦਿਵਸ ਜੋ ਮਨਾਇਆ ਜਾਂਦਾ ਉਸੇ ਦਿਨ ਗੱਤਕਾ ਦਿਵਸ ਦੀ ਗੱਲ ਆਉਂਦੀ ਆ, ਤੇ ਜਲੰਧਰ ਦੇ ਵਿੱਚ ਇੱਕ ਛੋਟੀ ਜਿਹੀ ਝੜਪ ਜੀ ਵੀ ਪੈਦਾ ਹੁੰਦੀ ਹੈ, ਉਹ ਝੜਪ ਸ਼ਾਇਦ ਕਿਸੇ ਲਿਕਰ ਵੈਂਡਰ ਇੱਕ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਦੀ ਸੀਗੀ, ਪਰ ਉਹਨੂੰ ਇਹ ਵੀ ਨਾਲ ਜੋੜ ਕੇ ਹੀ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਉਹਦੇ 'ਚੋਂ ਬਣੀਆਂ ਨੇ। ਇਹ ਜਿਹੜਾ ਇੱਕ ਦੂਸਰੇ ਨੂੰ ਕਾਊਂਟਰ ਕਰਨ ਦੇ ਵਿੱਚ ਜੋ ਮਾਹੌਲ ਪੈਦਾ ਹੋ ਰਿਹਾ ਹੈ, ਐਂਡ ਇਹ ਸਾਰਾ ਕੁਝ ਘੁੰਮ ਰਿਹਾ ਹੈ ਸਿੱਖ ਕਮਿਊਨਿਟੀ ਦੇ ਅਰਾਊਂਡ। ਸਿੱਖ ਕਮਿਊਨਿਟੀ ਦੇ ਵਿੱਚ ਆਪਾਂ ਚੋਣਾਂ ਦੇ ਵਿੱਚ ਦੇਖਿਆ ਜੀ ਕੋਈ ਖਾਸ ਇਹ ਮਸਲਿਆਂ ਦੀ ਜਾਣਕਾਰੀ ਕੰਸਰਨ ਜਾਂ ਇਹਦੀਆਂ ਕੋਈ ਮੰਗਾਂ ਆਪਾਂ ਨਹੀਂ ਦੇਖੀਆਂ ਹੈਗੀਆਂ ਇਹਨਾਂ ਚੋਣਾਂ ਦੇ ਵਿੱਚ। ਐਵੇਂ ਲੱਗਦਾ ਕਿ ਸਿੱਖ ਡਿਮਾਂਡ ਜਿਹੜੀਆਂ ਧਰਾਤਲ ਤੋਂ ਨੇ ਉਹ ਟੋਟਲੀ ਡਿਫਰੈਂਟ ਨੇ, ਸੋ ਇਹਨੂੰ ਕਿਵੇਂ ਦੇਖ ਰਹੇ ਹਾਂ ਜੀ ਤੁਸੀਂ? ਇਹ ਲਾਸਟ ਸਵਾਲ ਹੈ ਜੀ ਮੇਰਾ। ਇਹਨਾਂ ਨੂੰ ਨਾ ਜਿਹੜੀਆਂ ਸਿੱਖਸ ਦੇ ਗਰੀਵੀਐਂਸਿਸ ਨੇ, ਡਿਮਾਂਡਸ ਨੇ ਆਪਣੀਆਂ, ਤਾਂ ਜਿਸ ਤਰ੍ਹਾਂ ਪੰਜਾਬ ਦੇ ਇਸ਼ੂਜ਼ ਹੈਗੇ ਨੇ ਉਹ ਸਮ ਹਾਓ ਸਟਰੀਟਸ 'ਤੇ ਤਾਂ ਉਹਨਾਂ ਦਾ ਜ਼ਿਕਰ ਹੁੰਦਾ ਹੈਗਾ, ਅਗਾਂਹ ਪਛਾਂਹ ਵੀ ਜ਼ਿਕਰ ਹੁੰਦਾ ਰਹਿੰਦਾ, ਫੋਕੇ ਨਾਅਰੇ ਵੀ ਮਾਰੇ ਜਾਂਦੇ ਹੈਗੇ, ਪਰ ਜਦੋਂ ਨਾਅਰੇ ਇਹ ਮਾਰਨ ਵਾਲੇ ਜਾਂ ਇਸ ਦੇ ਜਿਹੜੇ ਮਦਈ ਨੇ ਜਦੋਂ ਉਹ ਇਲੈਕਸ਼ਨਸ ਦੇ ਵਿੱਚ ਪਾਰਟੀਸਪੇਟ ਕਰਦੇ ਆ ਤਾਂ ਉਦੋਂ ਇਹ ਉਹਨਾਂ ਦਾ ਕੋਈ ਏਜੰਡਾ ਨਹੀਂ ਹੁੰਦਾ ਗਾ। ਈਵਨ ਬੰਦੀ ਸਿੱਖਸ ਦਾ ਤੁਸੀਂ ਲਾ ਲਓ, ਉਹ ਉਸ ਤਰ੍ਹਾਂ ਕਿੰਨਾ ਵੱਡੇ ਲੈਵਲ 'ਤੇ ਸਿਗਨੇਚਰ ਕੰਪੇਨ ਵੀ ਚਲਾਈ ਗਈ, ਸਾਰਾ ਕੁਛ ਕੀਤਾ ਹੈਗਾ, ਪਰ ਉਹ ਇਲੈਕਸ਼ਨਸ ਦੇ ਵਿੱਚ ਅਕਾਲੀ ਸਟ੍ਰੈਟਜੀ ਦਾ ਕੋਈ ਹਿੱਸਾ ਨਹੀਂ ਬਣੇਗੇ। ਹੁਣ ਜਦੋਂ ਉਸ ਤੋਂ ਬਾਹਰ ਗੱਲ ਹੁੰਦੀ ਆ ਤਾਂ ਫਿਰ ਉਹਨੂੰ ਇੱਕ ਆਪਣਾ ਮੇਨ ਇਸ਼ੂ ਦੱਸਦੇ ਹੈਗੇ ਆ, ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਹੈਗਾ ਜਾਂ ਇਸ ਤੋਂ ਇਲਾਵਾ ਜਿਹੜੀ ਸੋਵਰੈਂਟੀ ਇੰਡੀਅਨ ਸਟੇਟ ਦੇ ਵਿੱਚ ਆਪਣੀ ਪੂਰਨ ਸਵਰਾਜ ਮੰਗਿਆ ਜਾਂਦਾ ਹੈਗਾ, ਉਹ ਗੱਲਾਂ ਹੀ ਹੁੰਦੀਆਂ ਨੇ, ਇਲੈਕਸ਼ਨ ਵਿੱਚ ਉਹ ਮੁੱਦਾ ਨਹੀਂ ਬਣਦਾ ਗਾ। ਚਾਹੇ ਤੁਸੀਂ ਦੇਖ ਲਓ ਖਡੂਰ ਸਾਹਿਬ ਦਾ ਜਿਹੜਾ ਕੈਂਡੀਡੇਟ ਆ ਉਹ ਪਹਿਲੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਨੇ, ਪਰ ਇਲੈਕਸ਼ਨ ਵਿੱਚ ਇਹ ਇਸ਼ੂ ਬਿਲਕੁਲ ਮਿਸਿੰਗ ਸੀਗਾ। ਜੀ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਸਰ। ਆਖਿਰ ਦੇ ਵਿੱਚ ਫਿਰ ਮੈਂ ਕਹਿੰਦੀ ਹਾਂ ਕਿ ਬੈਸਟ ਵਿਸ਼ੇਜ਼ ਔਨ ਯੋਰ ਬਰਥਡੇ ਐਂਡ ਹੈਵ ਅ ਗ੍ਰੇਟ ਸੈਲੀਬ੍ਰੇਸ਼ਨ ਵਿਦ ਯੋਰ ਫੈਮਿਲੀ ਸਰ। ਥੈਂਕ ਯੂ। ਥੈਂਕ ਯੂ ਮਨਵੀਰ, ਸੋ ਨਾਈਸ ਆਫ ਯੂ।